ਗੁੱਡ ਈਵਨਿੰਗ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਹੈ ਅੱਜ ਦਾ ਮੁੱਦਾ ਐਂਡ ਮੈਂ ਹਾਂ ਆਸ਼ਮਿਤਾ ਮੇਰੇ ਨਾਲ ਕੋ ਹੋਸਟ ਕਰ ਰਿਹਾ ਹਰਜੋਤ ਸਿੰਘ ਐਂਡ ਇਹ ਮੁੱਦੇ ਦਾ ਇੱਕ ਬੜਾ ਹੀ ਸਪੈਸ਼ਲ ਐਪੀਸੋਡ ਤੁਹਾਡੇ ਲਈ ਆਪਾਂ ਅੱਜ ਪ੍ਰੈਜੈਂਟ ਕਰਨ ਜਾ ਰਹੇ ਹਾਂ ਹਰਜੋਤ ਸਿੰਘ ਹਰਜੋਤ ਆਈ ਥਿੰਕ ਦ ਵਿਊਅਰਸ ਨੋ ਯੂ ਫਰੋਮ ਯੂਅਰ ਸ਼ੋਅ ਦ ਵੇ ਫੋਰਵਰਡ ਜੋ ਜਸ ਪੰਜਾਬੀ 'ਤੇ ਆਉਂਦਾ ਹੈ ਸੈਟਰਡੇਜ਼ ਐਂਡ ਸੰਡੇਜ਼ ਨੂੰ ਹਰਜੋਤ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਔਨ ਦਿਸ ਪ੍ਰੋਗਰਾਮ ਆਫ ਕੋਰਸ ਥੈਂਕ ਯੂ ਫੋਰ ਹੈਵਿੰਗ ਮੀ ਅਸ਼ਮਿਤਾ ਆਫ ਕੋਰਸ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਇਹ ਸਪੈਸ਼ਲ ਐਪੀਸੋਡ ਹਰਜੋਤ ਐਂਡ ਆਈ ਵਿਲ ਬੀ ਪ੍ਰੈਜੈਂਟਿੰਗ ਫੋਰ ਯੂ ਔਨ ਅ ਵੀਕਲੀ ਬੇਸਿਸ ਇਸ ਪ੍ਰੋਗਰਾਮ ਦਾ ਮੂਵਿੰਗ ਫੋਰਵਰਡ ਪਰਪਸ ਹੋਏਗਾ ਸਾਡੀ ਕਮਿਊਨਿਟੀ ਵਿੱਚ American politics di gal na ke sirf karna but karna in an educated informed way saal hun 2020 aa gaya is saal presidential election bhi hon ja rahe hai november vich so we feel it is imperative ke sare nu saadi community vich na ke sirf information hoye but awareness hoye ke kaun candidates unhan layi ki kar rahe hai Speaking on that issue, Harjot, today's topic is the hottest topic, jo sare gal kar rahe hai, which is Trump's impeachment, right? Mm-hmm. President Trump nu impeach karan di moves ho rahi hai, mm-hmm. and they've been put into motion. Mm-hmm. And hun kuch jo next steps hon ja rahe hai, oh shayad honge, we will see. Eh siyasi masle hai, so I think you've covered this on your show a little bit. Mm-hmm. You've discussed some of these topics on your show. Mm-hmm. ਅਸ਼ਮਿਤਾ ਜੀ ਇਨਫੈਕਟ ਟਰੰਪ ਨੂੰ ਇਸ ਲਈ ਇੰਪੀਚ ਕਰ ਦਿੱਤਾ ਗਿਆ ਹੈ ਸੋ ਜਿਵੇਂ ਅਸੀਂ ਪਹਿਲੇ ਵੀ ਆਪਣੇ ਵਿਊਜ਼ ਨੂੰ ਦੱਸ ਚੁੱਕੇ ਹਾਂ ਜਿਹੜਾ ਇੰਪੀਚਮੈਂਟ ਹੈ ਇਜ਼ ਅ ਟੂ ਪਾਰਟ ਪ੍ਰੋਸੈਸ ਇੱਕ ਜਿਹੜੀ ਕਾਂਗਰਸ ਹੈ ਜੋ ਲੋਅਰ ਹਾਊਸ ਹੈ ਉਸਦੇ ਵਿੱਚ ਜਿਸ ਨੂੰ ਕਾਂਗਰਸ ਕਹਿੰਦੇ ਨੇ ਇੱਕ ਇੰਪੀਚਮੈਂਟ ਮੋਸ਼ਨ ਕੀਤਾ ਜਾਂਦਾ ਹੈ ਉਹ ਪਾਸ ਕੀਤਾ ਜਾਂਦਾ ਹੈ ਸੋ ਇਫ ਅ ਸਿਟਿੰਗ ਐਗਜ਼ੀਕਿਊਟਿਵ ਦ ਪ੍ਰੈਜ਼ੀਡੈਂਟ ਇਨ ਦਿਸ ਕੇਸ ਹੈਜ਼ ਟੂ ਬੀ ਰਿਮੂਵਡ ਤੇ ਪਹਿਲਾਂ ਉਹ ਇੱਕ ਇੰਪੀਚਮੈਂਟ ਜਿਹੜੀ ਹੈ ਉਹ ਜਿਹੜਾ ਮੋਸ਼ਨ ਹੈ ਪਾਸ ਹੋਏਗਾ ਫਿਰ ਸੈਨੇਟ ਵਿੱਚ ਇੱਕ ਟ੍ਰਾਇਲ ਕੀਤਾ ਜਾਏਗਾ ਰਾਈਟ ਉਸ ਟ੍ਰਾਇਲ ਵਿੱਚ ਅਗਰ ਉਹਨਾਂ ਨੂੰ 2/3 ਮੈਜੋਰਿਟੀ ਮਿਲਦੀ ਹੈ ਇਨ ਸਪੋਰਟ ਦੈਨ ਦ ਪ੍ਰੈਜ਼ੀਡੈਂਟ ਵੁੱਡ ਬੀ ਰਿਮੂਵਡ ਫਰੋਮ ਦ ਆਫਿਸ ਉਹ ਜਿਹੜਾ ਟ੍ਰਾਇਲ ਹੈ ਇਸ ਵੇਲੇ ਰੁਕਿਆ ਹੋਇਆ ਹੈ ਜੋ ਸਪੀਕਰ ਐਂਡ ਕਾਂਗਰਸ ਦੇ ਉਹਨਾਂ ਨੇ ਉਹ ਮੋਸ਼ਨ ਪ੍ਰੈਜੈਂਟ ਕਰਨਾ ਸੀਗਾ ਬਟ ਸ਼ੀ ਨੈਂਸੀ ਪੈਲੋਸੀ ਸ਼ੀ ਹੈਜ਼ ਚੋਜ਼ਨ ਨੋਟ ਟੂ ਸੈਂਡ ਦ ਕੇਸ ਸੋ ਫਾਰ ਟੂ ਦ ਟ੍ਰਾਇਲ ਸੋ ਅਸੀਂ ਉਹ ਦੇਖ ਰਹੇ ਹਾਂ ਵੀ ਆਰ ਵੇਟਿੰਗ ਫੋਰ ਦੈਟ ਲੈਟਸ ਸੀ ਵਾਟ ਹੈਪਨਸ ਸੋ ਵੀ ਆਰ ਇਨ ਦ ਮਿਡਲ ਆਫ ਜੋ ਇੰਪੀਚਮੈਂਟ ਦਾ ਪ੍ਰੋਸੈਸ ਡੈਮੋਕ੍ਰੈਟਿਕ ਸਾਈਡ ਨੇ ਸ਼ੁਰੂ ਕਰ ਲਿਆ ਆਲਰੇਡੀ ਬਟ ਅੱਜ ਦਾ ਮੇਨ ਮੁੱਦਾ ਸਾਡਾ ਇਹ ਹੈ ਕਿ ਜੋ ਸਾਡੀ ਕਮਿਊਨਿਟੀ ਵਿੱਚ ਪੰਜਾਬੀ ਜਾਂ ਸਿੱਖ ਅਮੈਰੀਕਨਸ ਟਰੰਪ ਨੂੰ ਸਪੋਰਟ ਕਰਦੇ ਹੈ Where do they stand now? ਅਗਰ ਤੁਸੀਂ ਵੀ ਪੰਜਾਬੀ ਸਿੱਖ ਹੋ ਕੇ ਟਰੰਪ ਦੇ ਸਪੋਰਟਰ ਹੈਗੇ ਤੁਸੀਂ ਅੱਜ ਕਿੱਦਾਂ ਫੀਲ ਕਰ ਰਹੇ ਹੋ ਆਰ ਯੂ ਸਟਿਲ ਅ ਟਰੰਪ ਸਪੋਰਟਰ ਡਿਸਪਾਈਟ ਦੀ ਇੰਪੀਚਮੈਂਟ ਪ੍ਰੋਸੀਡਿੰਗਸ ਜਾਂ ਤੁਹਾਨੂੰ ਇੰਪੀਚਮੈਂਟ ਦਾ ਕੋਈ ਅਸਰ ਹੀ ਨਹੀਂ ਹੋਇਆ ਕਿ ਇਸ ਪ੍ਰੈਜ਼ੀਡੈਂਟ ਨੂੰ ਆਫਿਸ ਤੋਂ ਰਿਮੂਵ ਕਰਨ ਦੀ ਮੋਸ਼ਨ ਸ਼ੁਰੂ ਹੋ ਗਈ ਹੈ ਹਾਓ ਹੈਜ਼ ਦੈਟ changed your view on this president eh gal appa karni we're going to be speaking to people who are not just trump supporters but very actively involved trump di family de naal te ohna di re-election campaign de naal us to pehla do harjot ajj ek bada important din siga for the 2020 presidential campaign mm-hmm. jo federal election commission hai itthe di ruling body jo elections nu oversee karde hai tusi keh sakde ho FEC for short unhone ajj numbers release kitte sare candidates de jo main presidential sade candidates hai ge mm-hmm. trump bhi te democratic side te bhi jo main hun reh gaye hai mm-hmm. unna de fundraising numbers fourth quarter de so that's mm-hmm. October November December mm-hmm. of 2019 and those numbers were una de vich kinni zyada information sigi for example trump de numbers mm-hmm. fourth quarter vich trump raised $46 million in 3 months $46 million way more than any of the democratic candidates but the important thing is that he raised more money than any of the previous quarters after the impeachment proceeding started so harjot once again the question is you know is country the history which impeachment ek daag
ਤੁਹਾਡੀ ਪ੍ਰੈਜ਼ੀਡੈਂਸ਼ੀਅਲ ਲੈਗੇਸੀ ਵਿੱਚ ਮੰਨਿਆ ਜਾਂਦਾ ਹੈ ਐਂਡ ਨਾਓ ਇਸ ਪ੍ਰੈਜ਼ੀਡੈਂਟ ਆਈ ਥਿੰਕ ਹੀ ਇਜ਼ ਓਨਲੀ ਦ ਥਰਡ ਸਿਟਿੰਗ ਪ੍ਰੈਜ਼ੀਡੈਂਟ ਟੂ ਗੈਟ ਇੰਪੀਚ ਸਿਰਫ ਤਿੰਨ ਇਸ ਤੋਂ ਪਹਿਲੇ ਸਿਰਫ ਦੋ ਪ੍ਰੈਜ਼ੀਡੈਂਟਸ ਨੂੰ ਇੰਪੀਚ ਕੀਤਾ ਗਿਆ ਹੈ ਯੂਨਾਈਟਿਡ ਸਟੇਟਸ ਹਿਸਟਰੀ ਵਿੱਚ ਟਰੰਪ ਇਜ਼ ਓਨਲੀ ਦ ਥਰਡ ਐਂਡ ਡਿਸਪਾਈਟ ਦੈਟ ਹੀ ਰੇਜ਼ $46 million ਇਨ ਦ ਲਾਸਟ 3 months ਸੋ ਮੈਨੂੰ ਨਹੀਂ ਲੱਗਦਾ ਕਿ ਇੰਪੀਚਮੈਂਟ ਟਰੰਪ ਦੀ ਰੀਇਲੈਕਸ਼ਨ ਕੈਂਪੇਨ ਨੂੰ ਡੈਮੇਜ ਕਰੀ ਇਨ ਫੈਕਟ ਇਟ ਸੀਮਸ ਦੈਟ ਇੰਪੀਚਮੈਂਟ ਦੇ ਨਾਲ ਉਹਨੂੰ ਹੋਰ ਬੂਸਟ ਮਿਲ ਰਿਹਾ ਹਿਸਟੋਰੀਕਲੀ ਦੈਟਸ ਵਾਟ ਹੈਜ਼ ਬੀਨ ਸੀਨ ਇਸ ਤੋਂ ਪਹਿਲਾਂ ਦੋ ਪ੍ਰੈਜ਼ੀਡੈਂਟਸ ਹੋਏ ਨੇ ਇੱਕ ਐਂਡਰੂ ਜੌਨਸਨ ਔਰ ਇੱਕ ਬਿਲ ਕਲਿੰਟਨ ਜਿਨ੍ਹਾਂ ਨੂੰ ਇੰਪੀਚ ਕੀਤਾ ਗਿਆ ਹੈ ਬਟ ਨਨ ਆਫ ਦੈਮ ਵਰ ਰਿਮੂਵਡ ਫਰੋਮ ਦ ਆਫਿਸ ਔਰ ਕਲਿੰਟਨ ਦੇ ਟਾਈਮ ਇਟ ਵਾਜ਼ ਸੀਨ ਦੈਟ ਉਹ ਜਿਹੜੀ ਇੰਪੀਚਮੈਂਟ ਸੀ ਦੈਟ ਗੇਵ ਅ ਰੀਅਲ ਫਲਿਪ ਟੂ ਹਿਸ ਕੈਂਪੇਨ ਹੀ ਕੇਮ ਬੈਕ ਇਨ ਅ ਵੈਰੀ ਸਟਰੋਂਗ ਵਿਨਿੰਗ ਔਰ ਇਸ ਪਰਟੀਕੁਲਰ ਇੰਪੀਚਮੈਂਟ ਇਸ ਮੁੱਦੇ 'ਤੇ ਕੰਟਰੀ ਬਹੁਤ ਜ਼ਿਆਦਾ ਡਿਵਾਈਡਿਡ ਹੈ ਐਂਡ ਇਟ ਇਜ਼ ਸੀਨ ਕਿ ਲੱਗਦਾ ਨਹੀਂ ਕਿ ਇਸ ਇੰਪੀਚਮੈਂਟ ਨੇ ਕੋਈ ਵੀ ਕਿਸੇ ਵੀ ਪਾਸੇ ਕਿਸੇ ਦਾ ਵੀ ਓਪੀਨੀਅਨ ਮੂਵ ਕੀਤਾ ਹੈ ਤੁਸੀਂ FEC ਨੰਬਰਸ ਦੀ ਗੱਲ ਕਰ ਰਹੇ ਸੀ ਜਿਹੜੀ ਰਿਪਬਲਿਕਨ ਪਾਰਟੀ ਵਿੱਚ ਟਰੰਪ ਦੀ ਸਪੋਰਟ ਹੈ ਉਹ ਜਿੱਥੇ ਪਹਿਲੇ ਸਟੈਂਡ ਕਰਦੀ ਸੀ ਉੱਥੇ ਹੀ ਹੈ ਇਟਸ ਸਟਿਲ ਅਬਵ 90% ਰਾਈਟ ਜਿਹੜੀ ਜਨਰਲ ਸਪੋਰਟ ਹੈਗੀ ਕੰਟਰੀ ਵਿੱਚ ਅਪਰੂਵਲ ਹੈ ਦੈਟ ਹੈਜ਼ ਇਨਫੈਕਟ ਗੋਨ ਅਪ ਇਟਸ ਕਲੋਜ਼ ਟੂ 45% ਨਾਓ ਔਰ ਰੀਸੈਂਟ ਇੱਕ ਪੋਲ ਕੀਤਾ ਗਿਆ ਵਿਚ ਇਜ਼ ਇਨ ਵਿਚ Trump was found to be the most admired person in the world along with Barack Obama. Yes, he just tied Barack Obama yes. for the most admired. Yes. Yes. It doesn't seem that this impeachment has had any effect. On the contrary, there might be some negative adverse effects of this for the Democratic Party. So we'll see how it plays out and how it plays out in the Senate, but Anwala Sama he the sega he is akiya sarvan. I think that's a very good point. ਇਹ ਜੋ ਸਪੈਸਿਫਿਕ ਇੰਪੀਚਮੈਂਟ ਦੇ ਚਾਰਜਸ ਹੈਗੇ ਇਹ ਚਾਰਜਸ ਵੀ ਥੋੜੇ ਜਿਹੇ ਮਡੀ ਕਹਿ ਸਕਦੇ ਹੋ ਤੁਸੀਂ ਰਾਈਟ ਦੇ ਆਰ ਨੋਟ ਕਲੀਅਰ ਕਿ ਕਲੀਅਰ ਸਾਈਨ ਨਹੀਂ ਹੈਗਾ ਕਿ ਟਰੰਪ ਨੇ ਕੁਛ ਕ੍ਰਿਮੀਨਲ ਕੀਤਾ ਹੈ ਐਂਡ ਜੋ ਐਵੀਡੈਂਸ ਵੀ ਪ੍ਰਜੈਂਟ ਹੋਇਆ ਉਹਦੇ ਵਿੱਚ ਵੀ ਦੋ ਤਰਫਾਂ ਦੀ ਗੱਲ ਹੋ ਰਹੀ ਹੈ ਦੇਰ ਇਜ਼ ਨਾਟ ਕਲੈਰਿਟੀ ਰਾਈਟ ਕਿ ਜੋ ਕ੍ਰਾਈਮ ਅਲੈਜ ਕਰ ਰਹੇ ਹੈ ਡੈਮੋਕ੍ਰੈਟਸ ਦੈਟ ਟਰੰਪ ਈਵਨ ਡਿਡ ਦੈਟ ਰਾਈਟ ਸੋ ਵਿਦ ਦੈਟ ਇਨ ਮਾਈਂਡ ਸ਼ਾਇਦ ਆਡੀਅੰਸ ਨੂੰ ਯਾਦ ਹੋਏਗਾ ਜੋ ਟਰੰਪ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਨੂੰ ਫੋਲੋ ਕਰ ਰਹੇ ਸੀ 2016 ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਉਸ ਐਕਚੁਅਲੀ ਪ੍ਰੈਜ਼ੀਡੈਂਟ ਇਲੈਕਟ ਐਟ ਦ ਟਾਈਮ ਨਾਟ ਈਵਨ ਹੀ ਵਾਜ਼ ਦੀ ਨਾਮਨੀ ਦ ਰਿਪਬਲਿਕਨ ਨਾਮਨੀ ਐਟ ਦ ਟਾਈਮ ਸੈਡ ਦੈਟ ਮੈਂ ਸੜਕ 'ਤੇ ਖੜ ਕੇ ਕਿਸੇ ਨੂੰ ਗੋਲੀ ਮਾਰ ਸਕਦਾ ਫਿਰ ਵੀ ਮੇਰੇ ਸਪੋਰਟਰਸ ਮੈਨੂੰ ਨਹੀਂ ਛੱਡਣਗੇ ਦੇ ਵਿਲ ਸਟਿਲ ਸਪੋਰਟ ਮੀ ਐਂਡ ਅੱਜ ਆਬਵੀਅਸਲੀ ਇਟਸ ਨਾਟ ਦੈਟ ਫਾਰ ਗਾਨ ਬਟ ਇੰਨੀ ਵੱਡੀ ਇੰਪੀਚਮੈਂਟ ਦੀ ਐਲੀਗੇਸ਼ਨ ਐਂਡ 4 years ਆਈ ਮੀਨ ਹੀ ਦਿਸ ਇਜ਼ ਦੀ ਐਂਡ ਆਫ ਹਿਸ ਕੈਂਪੇਨ 4 years ਆਫ ਐਂਡ ਆਫ ਹਿਸ ਫਸਟ ਟਰਮ 4 years ਆਫ ਤੁਸੀਂ ਕਹਿ ਸਕਦੇ ਹੋ you know not misgivings but misbehaviors right as president I mean Harjot I think you can walk us through some of them from the conflict of interest with his hotels with the amount of time he spends promoting his family's businesses pame apni beti di clothing line hoye ya apne bete di book launch hoye right all of these things pame criminal nahi hai gaya but they are unethical and still this president maintains sport you know Ashmita it's very surprising you know particularly that sport from their religious groups the extreme you know the evangelicals or the Christian groups you know jo pehla samne aaya with you know those Hollywood excess bus story that you know grabbing and after that jo periodically assi vekhte rahe ha university they fraud the allegation with $25 million the settlement on akiti even the charity his family's children's cancer charity the fraud ho raha si ji unhone ਚੈਰਿਟੀ ਵਿੱਚ ਵੈਟਰਨਸ ਲਈ ਇੱਕ ਚੈਰਿਟੀ ਔਰਗਨਾਈਜ਼ ਕੀਤੀ ਜਿਹਨਾਂ ਪੈਸਾ ਇਕੱਠਾ ਕੀਤਾ ਉਹ 1 rupee ਨਹੀਂ ਭੇਜਿਆ
ਉਸ ਦੇ ਵਿੱਚ ਫਰਾਡ ਦੀ ਅਲੀਗੇਸ਼ਨ ਰਾਈਟ ਐਂਡ ਦਿਸ ਇਜ਼ ਕਨਵਿਕਟਡ ਯੈਸ ਇਹ ਮਤਲਬ ਇਹ ਕੋਰਟ ਕੇਸ ਵਿੱਚ ਇਹ ਚੀਜ਼ ਕੋਰਟ ਨੇ ਮੰਨੀ ਹੈ ਦੈਟ ਯੈਸ ਦੇ ਵਰ ਗਿਲਟੀ ਆਫ ਦੈਟ ਜੀ 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 ਐਗਜ਼ੈਕਟਲੀ ਐਂਡ ਬਟ ਜਿਹੜੇ ਉਹਨਾਂ ਦੇ ਸਪੋਰਟਰਸ ਹਨ ਉਹ ਕੁਛ ਸੁਣਨਾ ਨਹੀਂ ਚਾਹੁੰਦੇ ਉਹ ਮੰਨਣਾ ਨਹੀਂ ਚਾਹੁੰਦੇ ਬੜੀ ਸਟਰੋਂਗ ਸਪੋਰਟ ਹੈ ਸਮ ਆਫ ਇਟ ਇਜ਼ ਯੂ ਨੋ ਵੈਰੀ ਕਨਫਿਊਜ਼ਿੰਗ ਕਿ ਉਹ ਇਸ ਚੀਜ਼ ਨੂੰ ਮੰਨਦੇ ਨਹੀਂ ਕਿ ਇੱਦਾਂ ਨਹੀਂ ਹੋਇਆ ਔਰ ਇਟਸ ਰੀਅਲੀ ਅ ਕਲਟ ਐਜ਼ ਹੀ ਸੈਡ ਆਈ ਕੈਨ ਸ਼ੂਟ ਸਮਬਡੀ ਔਨ ਦ ਫਿਫਥ ਐਵਨਿਊ ਐਂਡ ਆਈ ਵੁਡ ਲੂਜ਼ ਐਨੀ ਸਪੋਰਟ ਆਈ ਡੋਂਟ ਨੋ ਇਫ ਇਟਸ ਅ ਕਮੈਂਟ ਔਨ ਪੀਪਲਸ cult like following or it's a comment on their stupidity ki bhai main jo marzi kar la unhon ne mainu follow karna hai ga unhon de panch closest associates personal advisor national security advisor have been convicted but we have heard people say ki bhai trump ne thodi kita so you have these people around you I think any other presidency that would have been a major stain but nothing ਟਰੰਪ ਨੂੰ ਸਪੋਰਟ ਕਰਦੇ ਆ ਜਾਂ ਫਿਰ ਕਿਸੇ ਨੂੰ ਜਾਣਦੇ ਆ ਆਪਣੀ ਕਮਿਊਨਿਟੀ ਵਿੱਚ ਜੋ ਇਹਨਾਂ ਨੂੰ ਡਟ ਕੇ ਮਤਲਬ ਉਹਨਾਂ ਦੇ ਪਿੱਛੇ ਖੜੇ ਆ ਡੋਨੇਟ ਕਰਦੇ ਆ ਇਵੈਂਟਸ ਵਿੱਚ ਪਾਰਟੀਸਪੇਟ ਕਰਦੇ ਆ ਕੁਛ ਵੀ ਤੁਸੀਂ ਕਹਿ ਲਓ ਸਾਡੀ ਕਮਿਊਨਿਟੀ ਵਿੱਚ ਜੋ ਵੀ ਟਰੰਪ ਦਾ ਸਪੋਰਟਰ ਹੈ ਵੀ ਵਾਂਟ ਟੂ ਹੀਅਰ ਫਰੋਮ ਯੂ ਤੁਹਾਡੇ ਕੀ ਵਿਚਾਰ ਹੈ ਇਸ ਗੱਲ ਬਾਰੇ ਤੁਸੀਂ ਕਿਉਂ ਉਹਨਾਂ ਨੂੰ ਸਪੋਰਟ ਕਰਦੇ ਹੋ ਵੀ ਵਾਂਟ ਟੂ ਨੋ ਕਿ ਤੁਹਾਡੇ ਲਈ ਕੀ ਵਟ ਆਰ ਦ ਇਸ਼ੂਜ਼ ਦੈਟ ਤੁਹਾਨੂੰ ਲੱਗਦਾ ਹੈ ਕਿ ਟਰੰਪ ਉਹ ਚੀਜ਼ ਸਕਸੈਸਫੁਲੀ ਤੁਹਾਡੇ ਲਈ ਡਿਲੀਵਰ ਕਰ ਰਿਹਾ ਰਾਈਟ ਦੈਟਸ ਵਨ ਥਿੰਗ ਬਟ ਦੀ ਅਦਰ ਥਿੰਗ ਇਜ਼ ਯੂ ਨੋ ਵਟ ਵਿਲ ਇਟ ਟੇਕ ਕੀ ਇੱਦਾਂ ਦੀ ਚੀਜ਼ ਹੋਏਗੀ ਜੋ ਤੁਹਾਡੀ ਸਪੋਰਟ ਨੂੰ ਹਿਲਾ ਸਕਦੀ ਹੈ ਰਾਈਟ ਇਫ ਇਟਸ ਨਾਟ ਯੂ ਨੋ ਐਲੀਗੇਸ਼ਨਸ ਔਰ ਕਨਵਿਕਸ਼ਨਸ ਵੀ ਹੁਣ ਕਹਿ ਲਓ ਯੂ ਨੋ ਫਰੋਡ ਅਗੇਂਸਟ ਚੈਰਿਟੀਜ਼ ਔਰ mistreatment of women or any of the long list of things mai ede vich impeachment de charges mention bhi nahi karangi because they haven't been proven yet they're only alleged but there is a list of things that there is proof and they have been convicted around una de bavajood tuhadi support nahi hili what will it take but before that you tell us why you still support him or tusi pehle shuru hi support tuhadi ਕਿਸ ਤਰ੍ਹਾਂ ਸ਼ੁਰੂ ਹੋਈ ਵਟ ਵਾਜ਼ ਇਟ ਇਨ 2016 ਜਦੋਂ ਇਹ ਬੜਾ ਡਿਫਰੈਂਟ ਜਿਹਾ ਕੈਂਡੀਡੇਟ ਸੀਨ 'ਤੇ ਆਇਆ ਪੋਲੀਟੀਕਲ ਸੀਨ 'ਤੇ ਜਿਹਦੇ 'ਚ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਸੀਗੀ ਆਈ ਮੀਨ ਨਾਟ ਈਵਨ ਵਨ ਡੇ ਇਨ ਆਫਿਸ ਇਨ ਐਨੀ ਇਲੈਕਟਿਡ ਪੋਜੀਸ਼ਨ ਐਟ ਆਲ ਉਹ ਆ ਕੇ ਅੱਜ ਯੂ ਐਸ ਏ ਦਾ ਪ੍ਰੈਜ਼ੀਡੈਂਟ ਬਣਿਆ ਹੋਇਆ ਯੂ ਨੋ ਕਲੀਅਰਲੀ ਦੇਰ ਇਜ਼ ਸਮਥਿੰਗ ਦੈਟ ਲੋਕਾਂ ਨਾਲ ਉਹ ਚੀਜ਼ ਕਨੈਕਟ ਹੋਈ ਸੋ ਵੀ ਵਾਂਟ ਟੂ ਹੀਅਰ ਫਰੋਮ ਯੂ ਤੁਸੀਂ ਕਿਉਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਇਫ ਯੂ ਆਰ ਸਪੋਰਟਰ ਔਰ ਇਫ ਯੂ ਹੈਵ ਐਨੀ ਵਿਊਜ਼ ਕਿ ਕਿਉਂ ਸਾਡੀ ਕਮਿਊਨਿਟੀ 'ਚੋਂ ਵੀ ਇੱਕ ਪਰਸੈਂਟੇਜ ਆਫ ਦਾ ਪਾਪੂਲੇਸ਼ਨ ਟਰੰਪ ਨਾਲ ਜੁੜੀ ਹੋਈ ਹੈ ਉਹਦਾ ਕੀ ਕਾਰਨ ਹੋ ਸਕਦਾ ਹੈ ਆਈ ਮੀਨ ਰਾਈਟ ਆਫ ਦ ਬੈਟ ਆਈ ਵਿਲ ਸੇ ਦੈਟ ਦ ਮੇਨ ਥਿੰਗਸ ਜੋ ਮਤਲਬ ਦੈਟ ਕਮ ਟੂ ਮਾਈਂਡ ਯੂ ਨੋ ਫੋਰ ਰੀਜ਼ਨਸ ਆਫ ਕਿ ਲੋਕ ਕਿਉਂ ਸਪੋਰਟ ਕਰਦੇ ਇਹਨੂੰ ਔਰ ਯੂ ਨੋ ਦ ਸਟਰੋਂਗ ਪੋਜੀਸ਼ਨਸ ਆਨ ਦੀ ਇਕਾਨਮੀ ਰਾਈਟ ਦੀ ਪੋਜੀਸ਼ਨ ਆਨ ਇਮੀਗ੍ਰੇਸ਼ਨ ਜੋ ਸਾਡੀ ਕਮਿਊਨਿਟੀ ਵਿੱਚ ਕਾਫੀ ਲੋਕ ਇਮੀਗ੍ਰੇਸ਼ਨ ਦੀ ਦੂਜੀ ਸਾਈਡ 'ਤੇ ਵੀ ਆਉਂਦੇ ਆ ਰਾਈਟ ਵੇ ਦੇ ਸੇ ਦੈਟ ਲੁੱਕ ਆਈ ਕੇਮ ਹੇਅਰ ਲੀਗਲੀ ਮੈਂ ਸਿਸਟਮ ਵਿੱਚ ਵੇਟ ਕੀਤੀ ਅਗਰ ਮੈਂ ਉਹ ਕਰ ਸਕਦਾ ਤਾਂ ਕਿਸੇ ਹੋਰ ਨੂੰ ਜੋ ਨਹੀਂ ਉਸ ਤਰ੍ਹਾਂ ਆਏ ਉਹਨਾਂ ਨੂੰ ਕਿਉਂ ਐਡਵਾਂਟੇਜ ਉਹ ਮਿਲੇ ਰਾਈਟ ਸੋ ਲਾਟ ਆਫ ਅਮੈਰੀਕਨਸ ਜੋ ਇੱਥੇ ਦੇ ਸਿਟੀਜ਼ਨਸ ਹੈਗੇ ਹੈਵ ਦੈਟ ਸੇਮ ਇਮੋਸ਼ਨ ਰਾਈਟ ਸਾਡੀ ਕਮਿਊਨਿਟੀ ਵਿੱਚ ਵੀ ਕੁਛ ਇੱਦਾਂ ਦੇ ਬੰਦੇ ਆ ਦੈਟ ਸੈਡ ਦੈਟ ਯੂ ਨੋ ਵਟ ਆਈ ਡਿਡ ਇਟ ਦ ਰਾਈਟ ਵੇ ਇਟਸ ਨਾਟ ਫੇਅਰ ਕਿ ਕੋਈ ਹੋਰ ਲਾਈਨ ਕੱਟ ਕਰਕੇ ਅੱਗੇ ਜੰਪ ਕਰ ਸਕਦਾ ਰਾਈਟ ਸੋ ਅਸ਼ਮਿਤਾ ਜੀ ਦ ਪ੍ਰੋਬਲਮ ਰਾਈਟ ਨਾਓ ਇਨ ਦ ਕੰਟਰੀ ਇਜ਼ ਕਿ ਕੰਟਰੀ ਬੜੀ ਐਕਸਟ੍ਰੀਮਲੀ ਡਿਵਾਈਡਿਡ ਹੈ ਔਰ ਬੜੇ ਐਕਸਟ੍ਰੀਮ ਸਟੈਂਸਿਸ ਲਿੱਤੇ ਜਾ ਰਹੇ ਹਨ ਬੋਥ ਸਾਈਡਸ 'ਤੇ ਨੋ ਵਨ ਕੈਨ ਡਿਨਾਏ ਕਿ ਦੇਰ ਹੈਜ਼ ਬਿਨ ਅਬਿਊਜ਼ ਆਫ ਇਮੀਗ੍ਰੇਸ਼ਨ abuse of welfare system right and usda ek extreme opposite unhone view leta usnu curb karan layi same extremes onu left which democratic side te vi mildi hai no one can deny that there have been abuses by the corporations right and us waste vi bade extreme steps jehde hage ki corporations vi band kar deo billionaires vi kar deo so that is what the country is you know undergoing presently I hope we hear sane voices prevail and but a
it's very important to understand, as you said, ki what is it that you know the community supports, what is it that they find attractive. Mm-hmm. And I must say, if you'll allow me, ਡੈਮੋਕਰੈਟਸ ਨੇ ਵੀ ਆਈ ਥਿੰਕ ਇਹ ਜਿਹੜਾ ਪ੍ਰੋਸੈਸ ਹੈ ਇੰਪੀਚਮੈਂਟ ਦਾ, ਇਸ ਨੂੰ ਕੋਈ ਬੜਾ ਹੀ ਸੋਹਣੇ ਤਰੀਕੇ ਨਾਲ ਹੈਂਡਲ ਨਹੀਂ ਕੀਤਾ. ਯੂ ਨੋ ਦੇ ਟੂ ਐਲੀਗੇਸ਼ਨਸ, ਵਨ ਕਿ ਡਿਲੇ ਸੀਗਾ ਪੈਸੇ ਦੇ ਏਡ ਦੇਣ ਵਿੱਚ ਯੂਕਰੇਨ ਨੂੰ, ਐਂਡ ਦੈਨ ਦੇ ਵਾਜ਼ ਓਬਸਟ੍ਰਕਸ਼ਨ ਆਫ ਕਾਂਗਰਸ. ਦੇ ਹੈਵ ਰਸ਼ਡ ਆਫ ਦ ਪ੍ਰੋਸੈਸ ਜਸਟ ਬਿਕੋਜ਼ ਕਿ ਦੇਰ ਇਜ਼ ਅ ਇਲੈਕਸ਼ਨ ਕਮਿੰਗ. Right, I think a matter that is so serious, mm-hmm, as a removal of an elected president, mm-hmm, needs more time, yep, needs more deliberation, especially when adda country ta already soch reha hai ki democratic side ta shuru to hi is president nu kadan di koshish vich lagi hoyi si. But apa itthe rukde hain, choti ji break le, tusi bhi jude raho naal. Is to baad apa kola te sunange ki kyun jo supporters Trump te hune unna de naal jude hoye, kyun oh why they're still there. ਤੁਹਾਨੂੰ ਮਿਲਦੇ ਹਾਂ. ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ. ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ. ਮੈਂ ਹਾਂ ਆਸ਼ਮਿਤਾ, ਮੇਰੇ ਨਾਲ ਕੋ-ਹੋਸਟ ਕਰ ਰਹੇ ਹੈ ਹਰਜੋਤ ਸਿੰਘ. ਅੱਜ ਦਾ ਮੁੱਦਾ ਇਹ ਹੈਗਾ ਕਿ ਡੋਨਲਡ ਟਰੰਪ ਦੀ ਇੰਪੀਚਮੈਂਟ ਹੋਣ ਜਾ ਰਹੀ ਹੈ, ਬਟ ਉਹਦੇ ਸਪੋਰਟਰਸ ਹਲੇ ਵੀ ਉਹਦੇ ਨਾਲ ਡਟ ਕੇ ਜੁੜੇ ਹੋਏ ਹੈ, ਅਤੇ ਉਨ ਸਪੋਰਟਰਸ ਵਿੱਚ ਸਾਡੀ ਕਮਿਊਨਿਟੀ ਸਿੱਖ ਐਂਡ ਪੰਜਾਬੀ ਅਮੈਰੀਕਨਸ ਵੀ ਇੱਕ ਸੈਗਮੈਂਟ ਹੈਗੇ ਉਸ ਸਪੋਰਟ ਦਾ. ਅਤੇ ਅੱਜ ਆਪਾਂ ਇਹ ਕੁਐਸਚਨ ਰੱਖਿਆ ਤੁਹਾਡੇ ਲਈ ਕਿ ਅਗਰ ਤੁਸੀਂ ਕਮਿਊਨਿਟੀ ਵਿੱਚੋਂ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਹੋ, ਤਾਂ ਦੱਸੋ ਸਾਨੂੰ ਕੀ ਰੀਜ਼ਨਸ ਹੈਗੇ ਕਿ ਤੁਸੀਂ ਉਹਨਾਂ ਦੇ ਪਿੱਛੇ ਹਲੇ ਵੀ ਲੱਗੇ ਹੋਏ ਹੋ. ਐਂਡ ਜੋ ਇਹ ਇੰਪੀਚਮੈਂਟ ਹੁਣ ਹੋਣ ਜਾ ਰਹੀ ਹੈ, ਇਸ ਇੰਪੀਚਮੈਂਟ ਨੇ ਤੁਹਾਡਾ ਕੋਈ ਓਪੀਨੀਅਨ ਸ਼ਿਫਟ ਕੀਤਾ ਹੈ? ਇਸ ਗੱਲ ਨੂੰ ਛੇੜਨ ਲਈ ਸਾਡੇ ਨਾਲ ਫੋਨ 'ਤੇ ਜੁੜੇ ਹੋਏ ਹੈ ਮਿਸਟਰ ਸ਼ੁੱਧ ਪ੍ਰਕਾਸ਼ ਸਿੰਘ, ਜੋ ਨਿਊਯਾਰਕ ਦੀ ਕਮਿਊਨਿਟੀ ਵਿੱਚ ਕਾਫੀ ਹੀ ਇਨਵੋਲਵਡ ਕਮਿਊਨਿਟੀ ਲੀਡਰ ਹਨ, ਬਿਜ਼ਨਸਮੈਨ ਹਨ, ਅਤੇ ਇਹਨਾਂ ਦੀ ਹਿਕਸਵਿਲ ਵਿੱਚ ਗੈਲਰੀਆ ਵਿੱਚ ਵਧੀਆ ਵਧੀਆ ਇਵੈਂਟਸ ਵੀ ਹੁੰਦੇ ਆ. ਉੱਥੇ ਇਹਨਾਂ ਨੇ ਰੀਸੈਂਟਲੀ ਇੱਕ ਇਵੈਂਟ ਰੱਖਿਆ ਸੀ ਡੋਨਲਡ ਟਰੰਪ ਜੂਨੀਅਰ ਲਈ, ਜੋ ਟਰੰਪ ਦਾ ਬੇਟਾ ਹੈ. ਰੀਸੈਂਟਲੀ ਉਹਦੀ ਬੁੱਕ ਲਾਂਚ ਹੋਈ ਹੈ. ਉਹ ਇਵੈਂਟ ਸ਼ੁੱਧ ਪ੍ਰਕਾਸ਼ ਜੀ ਨੇ ਕੋਆਰਡੀਨੇਟ ਕੀਤਾ, ਸਾਰਿਆਂ ਨੂੰ ਉੱਥੇ ਹੋਸਟ ਕੀਤਾ, ਅਤੇ ਮੇਰੇ ਨਾਲ ਲਾਈਨ 'ਤੇ ਹੈਗੇ ਸ਼ੁੱਧ ਪ੍ਰਕਾਸ਼ ਜੀ. ਸਭ ਤੋਂ ਪਹਿਲੇ ਤੁਹਾਡਾ ਵੈਲਕਮ ਅੱਜ ਦੇ ਮੁੱਦੇ 'ਤੇ. ਸਤਿ ਸ਼੍ਰੀ ਅਕਾਲ, ਇਟਸ ਪਲੇਜ਼ਰ ਟੂ ਬੀ ਔਨ ਜਸਟ ਪੰਜਾਬੀ, ਦ ਲੀਡਿੰਗ ਪੰਜਾਬੀ ਚੈਨਲ ਇਨ ਅਮੈਰੀਕਾ. ਤੁਹਾਡੇ ਸਾਰੇ ਵਿਊਅਰਸ ਨੂੰ, ਮੇਰੇ ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ. ਥੈਂਕ ਯੂ ਜੀ. ਥੈਂਕ ਯੂ ਸ਼ੁਰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ. ਸ਼ੁਰ ਜੀ, ਰੀਸੈਂਟਲੀ ਜੋ ਤੁਹਾਡੇ ਗੈਲਰੀਆ ਵਿੱਚ ਡੋਨਲਡ ਟਰੰਪ ਜੂਨੀਅਰ ਦੀ ਬੁੱਕ ਲਾਂਚ ਦੀ ਇਵੈਂਟ ਹੋਈ ਸੀ, ਜਿਹਦੇ ਵਿੱਚ ਡੋਨ ਜੂਨੀਅਰ ਖੁਦ ਉੱਥੇ ਪਹੁੰਚਣ ਸੀ, ਐਂਡ ਉਹਨਾਂ ਨੇ ਕੁਐਸਚਨਸ ਲਿੱਤੇ, ਇੰਗੇਜ ਕੀਤਾ ਆਡੀਅੰਸ ਨੂੰ, ਕਾਫੀ ਗੱਲਾਂ ਬਾਤਾਂ ਹੋਈਆਂ. ਉਸ ਇਵੈਂਟ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਫਰੋਮ ਦੀ ਕਮਿਊਨਿਟੀ ਸਾਈਡ, ਕਿ ਕਿੰਨੀ ਕੁ ਕਮਿਊਨਿਟੀ ਉੱਥੇ ਪਹੁੰਚੀ ਇਸ ਇਵੈਂਟ ਵਿੱਚ ਪਾਰਟੀਸਪੇਟ ਕਰਨ ਲਈ? ਬਹੁਤ ਵੱਡੀ ਗੈਦਰਿੰਗ ਸੀ, ਐਜ ਜਸ ਪੰਜਾਬੀ ਆਲਸੋ ਕਵਰਡ ਦ ਇਵੈਂਟ. ਉੱਥੇ ਸਾਡੇ ਲੌਂਗ ਆਈਲੈਂਡ ਦੇ ਤਾਂ ਆਲਮੋਸਟ ਸਾਰੇ ਕਮਿਊਨਿਟੀ ਲੀਡਰ, ਬਿਜ਼ਨਸ ਲੀਡਰ ਇਕੱਠੇ ਹੋਏ ਸੀ. ਸਾਰੇ ਜਿਹੜੇ ਡੋਨਲਡ ਟਰੰਪ ਜੂਨੀਅਰ ਨੂੰ ਮਿਲਣਾ ਚਾਹੁੰਦੇ ਸੀ, ਉਹਦੀ ਗੱਲਬਾਤ ਸੁਣਨਾ ਚਾਹੁੰਦੇ ਸੀ. ਤੇ ਉਹ ਅਸੀਂ ਜਿਹੜਾ ਇਵੈਂਟ ਕੀਤਾ ਸੀ, ਉਹ ਬੁੱਕ ਲਾਂਚ ਦਾ ਨਹੀਂ ਸੀ, ਉਹ ਬੁੱਕ ਦੀ ਕਾਮਯਾਬੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਸੀ, ਕਿਉਂਕਿ ਬੁੱਕ ਜਿਹੜੀ ਨਾ ਉਹ ਨਿਊਯਾਰਕ ਟਾਈਮਸ ਦੀ ਬੈਸਟ ਸੈਲਰ ਲਿਸਟ ਦੇ ਨੰਬਰ 1 ਆ ਗਈ ਸੀ. ਉਹ ਬੁੱਕ ਨੂੰ ਅਸੀਂ ਪ੍ਰਮੋਟ ਹੋਰ ਫਰਦਰ ਕੀਤਾ, ਆਪਣੇ ਲੋਕਾਂ ਨੇ ਬੜੀਆਂ ਬੁੱਕਸ ਖਰੀਦੀਆਂ, ਤੇ ਉਹ ਜਿਹੜੀ ਕਮਿਊਨਿਟੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਸੀ, ਔਰ ਮੈਂ ਜਿੰਨੀ ਐਕਸਪੈਕਟੇਸ਼ਨ ਸੀ ਮੈਨੂੰ ਉਸ ਤੋਂ ਜ਼ਿਆਦਾ ਮੈਂ ਪਾਪੂਲੈਰਿਟੀ ਵੇਖਣ ਨੂੰ ਮਿਲੀ. ਜਿੰਨੇ ਵੀ ਆਪਣੇ ਦੋਸਤਾਂ ਨੂੰ ਮੈਂ ਕਾਲ ਕੀਤੀ, ਸਾਰਿਆਂ ਨੇ ਬੜਾ ਵਧੀਆ ਹੁੰਗਾਰਾ ਭਰਿਆ, ਔਰ ਉਲਟਾ ਜਿੰਨੀ ਸਾਡੇ ਕੋਲ ਸੀਟਿੰਗ ਕਪੈਸਿਟੀ ਸੀ ਉਹ ਤੋਂ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਲੋਕ ਪਿੱਛੇ ਖੜੇ ਸੀ ਜੀ. ਐਂਡ ਇਹੀ ਕੁਐਸਚਨ ਸਾਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਲੱਗ ਰਿਹਾ ਇਸ ਵੇਲੇ, ਕਿ ਜੋ ਸਾਡੀ ਕਮਿਊਨਿਟੀ ਐਂਡ ਸਪੈਸ਼ਲੀ ਨਿਊਯਾਰਕ ਵਰਗੀ ਸਟੇਟ ਵਿੱਚ, ਨਿਊਯਾਰਕ ਵਰਗੀ ਸਿਟੀ ਵਿੱਚ, ਜਿੱਥੇ ਇੰਨੇ ਜਿੱਦਾਂ ਕਹਿ ਲਓ ਲਿਬਰਲ ਲੀਨਿੰਗ ਲੋਕ ਹੁੰਦੇ ਆ ਨੋਰਮਲੀ, ਜੋ ਆਪਣੇ ਇੱਥੇ ਦੇ ਲੋਕ ਹੈ, ਭਾਵੇਂ ਤੁਸੀਂ ਇੰਡੀਅਨ ਹੋਏ ਜਾਂ ਨਾਨ ਇੰਡੀਅਨ ਹੋਏ, ਯੂ ਨੋਰਮਲੀ ਡੈਮੋਕ੍ਰੈਟਿਕ ਸਾਈਡ ਨੂੰ ਜਾਂਦੇ, ਬਟ ਫਿਰ ਵੀ ਤੁਹਾਡੀ ਇਸ ਇਵੈਂਟ ਵਿੱਚ ਇੰਨੇ ਲੋਕ ਆਏ ਹੋਏ ਸੀ, ਐਂਡ ਦੇ ਵਾਂਟਡ ਟੂ ਪਾਰਟੀਸਪੇਟ and be in the same room as Donald Trump Jr. ਤੁਹਾਨੂੰ ਕੀ ਲੱਗਦਾ ਹੈ ਦੈਟ ਉਹਦੇ ਪਿੱਛੇ ਕੀ ਕਾਰਨ ਹੈ? ਉਹਦੇ
ਬਹੁਤ ਇੰਪੋਰਟੈਂਟ ਔਰ ਬੜੇ ਮੇਜਰ ਕਾਰਨ ਨੇ। ਇੱਕ ਤਾਂ ਇਹ ਹੈ ਵੀ ਆਪਾਂ ਸਾਰਿਆਂ ਨੇ ਇੰਡੀਆ ਦੇ ਵਿੱਚ ਸੋਸ਼ਲਿਜ਼ਮ ਨੂੰ ਟੇਸਟ ਕੀਤਾ ਔਰ ਬਾਕੀ ਦੁਨੀਆਂ ਚ ਦੇਖਿਆ ਸੋਸ਼ਲਿਜ਼ਮ ਕਮਿਊਨਿਜ਼ਮ ਟੋਟਲ ਫੇਲਿਓਰ ਹੈ ਔਰ ਜਿਹੜਾ ਓਨਲੀ ਕੈਪੀਟਲਿਜ਼ਮ ਵਰਕ। ਤੇ ਜਿਹੜੇ ਦੂਜੇ ਬੰਨੇ ਡੈਮੋਕ੍ਰੇਟਸ ਨੇ, ਜਿਹੜੇ ਡੈਮੋਕ੍ਰੇਟਿਕ ਕੈਂਡੀਡੇਟਸ ਨੇ, ਸਪੈਸ਼ਲੀ ਐਕਸਟ੍ਰੀਮ ਲਿਬਰਲਸ ਜਿਹੜੇ ਐਲਿਜ਼ਾਬੈਥ ਵਾਰਨ ਔਰ ਆਪਣੇ ਬਰਨੀ ਸੈਂਡਰਸ ਵਰਗੇ, ਉਹ ਦੇ ਸਕੇਅਰ ਅਸ ਕਿਉਂਕਿ ਉਹ ਤਾਂ ਵਾਪਸ ਅਮੈਰੀਕਾ ਨੂੰ ਦੂਜੇ ਪੰਨੇ ਲਿਜਾ ਰਹੇ ਨੇ ਸੋਸ਼ਲਿਜ਼ਮ ਵਾਲੇ। ਅੱਛਾ ਜੀ। ਤੇ ਉਹ ਕਦੇ ਵੀ ਕਾਮਯਾਬ ਨਹੀਂ ਹੋਣਾ, ਜਿਹੜਾ ਵੀ ਜਿੱਦਾਂ ਡੋਨਲਡ ਟਰੰਪ ਜੂਨੀਅਰ ਨੇ ਆਪਣੀ ਸਪੀਚ ਚ ਉਸ ਦਿਨ ਕਿਹਾ ਸੀ ਵੀ ਜੋ ਚੀਜ਼ਾਂ ਉਹ ਫ੍ਰੀ ਪ੍ਰੋਮਿਸ ਕਰਦੇ ਨੇ ਸੋਸ਼ਲਿਸਟ ਕੰਟਰੀਜ਼ ਵਿੱਚ, ਉਹ ਐਕਚੁਅਲੀ ਫ੍ਰੀ ਹੁੰਦੀਆਂ ਨਹੀਂ। ਆਖਰ ਨੇ ਕਿਸੇ ਦੇ ਕਿਸੇ ਜੇਬ ਵਿੱਚ ਤਾਂ ਜਾਣਾ ਹੀ ਨੇ ਨਾ। ਤੇ ਆਪਣੇ ਜਿਹੜੀ ਕਮਿਊਨਿਟੀ ਹੈ ਉਹ ਬੜੀ ਕਾਮਯਾਬ ਕਮਿਊਨਿਟੀ ਹੈ, ਭਾਵੇਂ ਮੈਡੀਕਲ ਡਾਕਟਰ ਹੋਣ ਤੇ ਭਾਵੇਂ ਬਿਜ਼ਨਸਮੈਨ ਹੋਣ ਜਾਂ ਭਾਵੇਂ ਤੁਹਾਡਾ ਜਸ ਪੰਜਾਬੀ ਚੈਨਲ ਹੋਵੇ, ਉਹ ਸਾਰੇ ਮੋਸਟਲੀ ਬਿਜ਼ਨਸ ਓਰੀਐਂਟਡ ਮਾਈਂਡਡ ਨੇ, ਅੰਟਰਪ੍ਰੀਨਿਓਰ ਨੇ। ਔਰ ਅੰਟਰਪ੍ਰੀਨਿਓਰਸ ਦੇ ਲਈ ਕੈਪੀਟਲਿਜ਼ਮ ਤੋਂ ਵਧੀਆ ਕੋਈ ਸਿਸਟਮ ਨਹੀਂ ਹੈ, ਐਂਡ ਡੋਨਲਡ ਟਰੰਪ ਸਟੈਂਡਸ ਫਾਰ ਦੈਟ ਐਂਡ ਵੀ ਸਪੋਰਟ ਹਿਮ। ਦੂਸਰਾ ਰੀਜ਼ਨ ਇਹ ਹੈ ਵੀ ਜਿਹੜਾ ਐਸ ਅਮੈਰੀਕਨ ਸੇਇੰਗ ਹੈ ਵੀ ਅਮੈਰੀਕਨ ਵੋਟ ਫਾਰ ਦੇਅਰ ਪਾਕਿਟ, ਔਰ ਜਿਹੜੀ ਇਕਾਨਮੀ ਹੁਣ ਅੱਜ ਕੱਲ ਚੱਲ ਰਹੀ ਹੈ ਉਹ ਤੁਹਾਨੂੰ ਪਤਾ ਹੀ 2019 ਦੇ ਵਿੱਚ ਦ ਬਿਗੇਸਟ ਐਵਰ ਗੇਨਸ ਔਨ ਸਟਾਕ ਮਾਰਕੀਟ ਹੋਏ ਨੇ ਜੀ, ਔਰ ਰੀਅਲ ਸਟੇਟ ਮਾਰਕੀਟ ਵੀ ਬਹੁਤ ਅੱਛੀ ਚੱਲ ਰਹੀ ਹੈ। ਸੋ ਇਕਾਨਮੀ ਉਹਨੇ ਬਹੁਤ ਅੱਛੀ ਚਲਾਈ ਹੈ ਉਹਦੀ ਪਾਲਿਸੀਜ਼ ਕਰਕੇ, ਤੇ ਉਸ ਗੱਲੋਂ ਸਪੋਰਟ ਕਰਦੇ ਨੇ ਆਪਣੇ ਲੋਕ। ਤੀਸਰਾ ਉਹ ਜਿਹੜਾ ਮੇਰੇ ਵਰਗੇ ਜਿਹੜੇ ਆਪਣੇ ਸਾਰੇ ਨੇ ਐਨਆਰਆਈ ਪੈਟਰੋਟਿਕ ਨੇ, ਹਿੰਦੁਸਤਾਨ ਨਾਲ ਪਿਆਰ ਹੈ, ਤੇ ਉਸ ਦੇ ਵੀ ਟਰੰਪ ਜਿੰਨਾ ਪ੍ਰੋ ਇੰਡੀਆ ਹੈ ਔਰ ਖਾਸ ਕਰ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਉਹਨੇ ਜਿਹੜੀ ਦੋਸਤੀ ਉਹਨੇ ਦਿਖਾਈ ਆਉਡੀ ਮੋਡੀ ਇਵੈਂਟ ਤੇ, ਤੇ ਉਸ ਕਰਕੇ ਹੀ ਇਜ਼ ਗੁੱਡ ਫਾਰ ਇੰਡੀਆ। ਤੇ ਉਹਨੇ ਸਟੈਂਡ ਜਿਹੜਾ ਲਿਆ ਹੈ ਉਹ ਬਹੁਤ ਜ਼ਬਰਦਸਤ ਹੈ ਇੰਡੀਆ ਦੇ ਲਈ, ਤੇ ਜਿਹੜੇ ਟਾਈਜ਼ ਹੋਰ ਬਹੁਤ ਜ਼ਿਆਦਾ ਵੱਧ ਰਹੀਆਂ। ਅਸਲ ਵਿੱਚ ਮੈਂ ਕ੍ਰੈਡਿਟ ਡਾਕਟਰ ਮਨਮੋਹਨ ਸਿੰਘ ਜੀ ਨੂੰ ਦੇਣਾ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਬੁਸ਼ ਦੇ ਨਾਲ ਦੋਸਤੀ ਸ਼ੁਰੂ ਕੀਤੀ ਸੀ, ਐਂਡ ਆਈ ਵਾਸ ਦ ਵਿਟਨੈਸ ਟੂ ਇਟ, ਆਈ ਵਾਸ ਇਨ ਵਾਸ਼ਿੰਗਟਨ ਜਦੋਂ ਮਿਲੇ ਉਹਨਾਂ 21 ਗਨ ਸੈਲੂਟ ਮਿਲਿਆ, ਉਸ ਤੋਂ ਬਾਅਦ ਦੋਸਤੀ ਵਧਦੀ ਗਈ, ਹੁਣ ਇਹਨਾਂ ਨੇ ਜਿਹੜਾ ਟਰੰਪ ਔਰ ਮੋਦੀ ਦੇ ਹੋਰ ਵਧੀਆ ਔਰ ਦੋਨਾਂ ਕੰਟਰੀਆਂ ਲਈ ਬਹੁਤ ਅੱਛੀ ਚੀਜ਼ ਹੈ ਜੀ। ਮੈਂ ਤੁਹਾਨੂੰ ਇੱਥੇ 1 ਸੈਕਿੰਡ ਲਈ ਰੋਕਾਂਗੀ, ਬਿਕਾਜ਼ ਤੁਸੀਂ ਮੋਦੀ ਦੀ ਗੱਲ ਛੇੜੀ ਹੈ, ਜਦੋਂ ਮੋਦੀ ਦਾ ਸਵਾਲ ਆਉਂਦਾ ਹੈ ਜਿੱਦਾਂ ਅਮੈਰੀਕਾ ਟਰੰਪ ਨੂੰ ਲੈ ਕੇ ਇੰਨਾ ਡਿਵਾਈਡਡ ਹੈ, ਉਨਾ ਹੀ ਇੰਡੀਆ ਮੋਦੀ ਨੂੰ ਲੈ ਕੇ ਡਿਵਾਈਡਡ ਹੈ। ਮੋਦੀ ਦਾ ਸਵਾਲ ਜਦੋਂ ਉੱਠਦਾ ਹੈ, ਇੱਥੇ ਦੇ ਜੋ ਵਸਦੇ ਆਪਣੇ ਅਮੈਰੀਕਨ ਇੰਡੀਅਨਸ ਹੈ ਉਹਨਾਂ ਵਿੱਚੋਂ ਵੀ ਇਟਸ 50-50, ਸਮ ਲਾਈਕ ਹਿਮ ਸਮ ਡੋਂਟ, ਬਟ ਜੋ ਓਵਰਲੈਪ ਹੈ ਆਫ ਦ ਪੀਪਲ ਦੈਟ ਡੋਂਟ ਸਪੋਰਟ ਮੋਦੀ but do support Trump, specifically apni Punjabi community which Sikh Americans, I am one of them. I don't support Modi, but let me tell you, out of the party lines, as you know, I have led Congress party in USA for many years, but for me country comes first. Dr. Manmohan Singh ji ne personally sanu da kya si in person when I met him many times ke vi tusi NRI jo par videshan rehnde ho to is desh da pehla socho parties da baad vich, te oh main hamesha thinking rakhi hai halanki I'm of course pro Congress ਜੀ, ਲੇਕਿਨ ਜਿਹੜੀ ਅੱਛੀ ਗੱਲ ਹੈ ਜੋ ਮੈਂ ਆਮ ਨਾਟ ਏ ਸਪੋਰਟਰ ਮੋਦੀ, ਯੂ ਨੋ ਦੈਟ, ਤੇ ਲੇਕਿਨ ਜਿਹੜੀ ਅੱਛੀ ਗੱਲ ਹੈ ਵੀ ਜਿਹੜਾ ਉਹਨੇ ਟਰੰਪ ਨਾਲ ਦੋਸਤੀ ਬਣਾਈ ਹੈ, ਅਮੈਰੀਕਾ ਨਾਲ ਬਣਾਈ ਹੈ, ਉਹਦਾ ਬਹੁਤ ਜ਼ਿਆਦਾ ਫਾਇਦਾ ਹਰੇਕ ਹਿੰਦੁਸਤਾਨੀ ਨੂੰ ਹੋਣਾ ਹੈ। ਦੇਖੋ ਆਪਾਂ NRI ਸਾਰੇ ਚਾਹੁੰਦੇ ਹਾਂ ਕਿ ਇੰਡੀਆ ਵੀ ਪ੍ਰੋਸਪਰਸ ਹੋਵੇ, ਸਾਡੇ ਉੱਥੇ ਹਿੰਦੁਸਤਾਨੀ ਭੈਣ ਭਰਾ ਨੇ ਉਹ ਵੀ ਸਾਡੇ ਤਰ੍ਹਾਂ ਵਧਣ ਫੁੱਲਣ ਖੁਸ਼ੀਆਂ ਨਾਲ ਰਹਿਣ, ਉਹਦੇ ਲਈ ਜਿਹੜੀ ਅਮੈਰੀਕਾ ਦੀ ਸਪੋਰਟ ਬਹੁਤ ਜ਼ਿਆਦਾ ਵਾਈਟਲ ਹੈ। ਜੇ ਅਮੈਰੀਕਾ ਚਾਈਨਾ ਨੂੰ ਮੈਨੂਫੈਕਚਰਿੰਗ ਸਟੇਟ ਬਣਾ ਸਕਦਾ ਹੈ, ਕੰਟਰੀ ਬਣਾ ਸਕਦਾ ਹੈ, ਤਾਂ ਇਕਨੋਮਿਕਲੀ ਉਹਨੂੰ ਹੈਲਪ ਕਰ ਸਕਦਾ ਹੈ, ਤਾਂ ਇੰਡੀਆ ਨੂੰ ਵੀ ਕਰ ਸਕਦਾ। ਤੁਸੀਂ ਦੇਖਿਆ ਹੋਣਾ ਹੁਣੇ 100,000 ਜਾਬਸ ਹੈਵ ਬੀਨ ਮੂਵਡ ਫਰੋਮ ਚਾਈਨਾ ਟੂ ਇੰਡੀਆ ਬਾਈ ਐਪਲ ਅਲੋਨ, ਤੇ ਉਹ ਜਿਹੜੀਆਂ ਅਮੈਰੀਕਾ ਨਾਲ ਦੋਸਤੀ ਨਾਲ ਤਾਂ ਡਿਫੈਂਸ ਵਿੱਚ ਵੀ, ਜੀਓਗ੍ਰਾਫਿਕਲੀ, ਇਕਨੋਮਿਕਲੀ ਸਭ ਕੁਛ ਹੀ ਹਿੰਦੁਸਤਾਨ ਨੂੰ ਫਾਇਦਾ ਹੋਣਾ ਉਹਦਾ। ਸੋ ਅਸੀਂ ਕੰਟਰੀ ਲਈ ਸੋਚਦੇ ਹਾਂ ਜੀ, ਕੋਈ ਪਰਸਨਲੀ ਕੋਈ ਨਾ ਕੋਈ ਸਾਨੂੰ ਮੋਦੀ ਨਾਲ ਜ਼ਿਆਦਾ ਪਿਆਰ ਹੈ ਨਾ ਕਿਸੇ ਹੋਰ ਨਾਲ। ਜੀ ਜੀ, ਮੇਰੇ ਨਾਲ ਮੇਰੇ ਕੋ ਐਂਕਰ ਹਰਜੋਤ ਸਿੰਘ, ਤੁਹਾਡਾ ਕੋਈ ਕੁਐਸਚਨ ਸ਼ੁਜੀ ਲਈ? ਸ਼ੁਜੀ,
ਅਸੀਂ ਤੁਹਾਡੇ ਥੋਟਸ ਨੂੰ ਵੈਲਕਮ ਕਰਦੇ ਹਾਂ ਐਂਡ ਵੀ ਅੰਡਰਸਟੈਂਡ ਥੈਂਕ ਯੂ ਸਰ ਥੈਂਕ ਯੂ ਦ ਇਕਨੋਮੀ ਇਜ਼ ਡੂਇੰਗ ਵੈਰੀ ਵੈਲ ਐਂਡ ਐਜ਼ ਯੂ ਸੈਡ ਜਿਹੜਾ ਮਸ ਸੈਂਪਲੀਮੈਂਟ ਜੀ ਤੁਸੀਂ ਬਹੁਤ ਅੱਛੇ ਐਨਾਲਿਸਿਸ ਬੜਾ ਫੇਅਰ ਮਾਈਂਡਡ ਮਨ ਲੱਗੇ ਹੋ ਜਿਹੜਾ ਮੈਂ ਸੁਣਿਆ ਥੋੜਾ ਬਹੁਤ ਅੱਛਾ ਤੁਸੀਂ ਕੀਤਾ ਸਾਰਾ ਜਿਹੜਾ ਵਿਸ਼ਲੇਸ਼ਣ ਹੈ ਦਾ ਜੀ 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 ਅਸੀਂ ਜਿਹਨੇ ਫੇਅਰ ਹੋ ਸਕੇ ਉਹਨੇ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਨੂੰ ਸਿਚੁਏਸ਼ਨ ਨੂੰ ਅੰਡਰਸਟੈਂਡ ਕਰਨ ਦੀ ਔਰ ਫੇਅਰ ਇਨਫੋਰਮੇਸ਼ਨ ਅਸੀਂ ਆਪਣੇ ਵਿਊਅਰਸ ਤੱਕ ਲੈ ਕੇ ਜਾਂਦੇ ਹਾਂ ਬਟ ਅਸੀਂ ਇੱਥੇ ਥੋੜ੍ਹਾ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇਹ ਇੰਪੀਚਮੈਂਟ ਨੂੰ ਲੈ ਕੇ ਜਿਹੜੀ ਟਰੰਪ ਦੀ ਜਿਹੜੇ ਟਰੰਪ ਦੇ ਸਪੋਰਟਰਸ ਹਨ ਕਿਆ ਤੁਸੀਂ ਫੀਲ ਕਰਦੇ ਹੋ ਕਿ ਕੋਈ ਗੜਬੜ ਨਹੀਂ ਹੋਈ ਕਿ ਅਗਰ ਡਿਲੇ ਹੋਇਆ ਹੈ ਕੋਈ ਫਾਈਨੈਂਸ਼ੀਅਲ ਏਡ ਦੇਣ ਵਿੱਚ ਤਾਂ ਕਿਆ ਕੋਈ ਡਿਲੇ ਨਹੀਂ ਸੀ ਜਾਂ ਡਿਲੇ ਇਸ ਕਰਕੇ ਸੀ ਕਿ ਟਰੰਪ ਵਾਸ ਕੰਸਰਨਡ ਅਬਾਊਟ ਜਨਰਲੀ ਕੰਸਰਨਡ ਅਬਾਊਟ ਕਰਪਸ਼ਨ ਔਰ ਯੂ ਫੀਲ ਕਿ ਬਈ ਕੋਈ ਥੋੜ੍ਹੀ ਚਲੋ ਗੜਬੜ ਹੋਈ ਵੀ ਹੈ ਇਟ ਡਸ ਨਾਟ ਰਾਈਜ਼ ਟੂ ਦ ਲੈਵਲ ਆਫ ਇੰਪੀਚਮੈਂਟ ਸੋ ਹਾਊ ਡੂ ਯੂ ਸੀ ਦਿਸ ਆਈ ਐਗਰੀ ਵਿਦ ਯੋਰ ਲਾਸਟ ਸਟੇਟਮੈਂਟ ਇਟ ਡਸ ਨਾਟ ਰਾਈਜ਼ ਟੂ ਦ ਇੰਪੀਚਮੈਂਟ ਸਪੈਸ਼ਲੀ ਜੀ ਵੈਨ ਇਟਸ ਓਨਲੀ 10 ਮੰਥਸ ਟੂ ਗੋ ਫਾਰ ਦ ਜਨਰਲ ਇਲੈਕਸ਼ਨਸ ਲੈਟ ਪੀਪਲ ਡਿਸਾਈਡ ਆਈ ਮੈਟ ਦ ਹਾਈਐਸਟ ਰੈਂਕਿੰਗ ਚੇਅਰਪਰਸਨ ਆਫ ਹਾਊਸ ਮੈਂਬਰਸ ਕਮੇਟੀ I would not name it, but she's a very senior Democrat. Mm-hmm. She's a good friend of ours. Mm-hmm. I argued with her, when people are there to elect mm-hmm. and vote in a democracy, a house should not be dismissing somebody who's been duly elected, especially when the voting is so close. Mm-hmm. And also, the fact is that they know they cannot remove him. Mm-hmm. Eh, tonu pata hai, bhi Senate jo na, the majority hai nahi. Yeah. ਤੇ ਉਹ ਕਦੇ ਰਿਮੂਵ ਹੋ ਨਹੀਂ ਸਕਦਾ ਸੋ ਵਟ ਇਜ਼ ਦਿਸ ਡਰਾਮਾ ਇਟਸ ਆਲ ਸਟੇਜ ਸ਼ੋ ਇਟਸ ਆਲ ਪੋਲੀਟੀਕਲ ਕੁਛ ਇਹਦੇ ਚ ਹਾਸਲ ਹੋਣਾ ਨਹੀਂ ਦੇ ਵੇਸਟਿੰਗ ਟੈਕਸ ਪੇਅਰਸ ਮਨੀ ਟਾਈਮ ਉਹਦੇ ਬਜਾਏ ਕੋਈ ਚਾਹੀਦਾ ਕੰਮ ਕਰਨ ਕੰਟਰੀ ਦੇ ਲਈ And in fact, you know, as of today, eh bhi kafi apparent hai hun ki jo supporters hai Trump de o impeachment nu leke hor bhi energized hoye just look at the 46 million he's raised in the fourth quarter of 2019. Exactly, aur first time hoya abhi he has now a Gallup poll aaya jada piche USA Today Gallup poll ke bhi he's now in the number one spot just like Obama mm-hmm. in popularity the most mm-hmm. Admired man yeah. And I think Democrats are digging their own grave by doing all this ji tusi dekhna hai da bahut jyada unhon nu negative hoega they will be losing house as well as white house for sure ji Yeah. Trump is going to come back with thumping majority. Shudji, that's my prediction. Within the Democratic Party also, ek debate thi ki ke is cheez nu pursue kita jaye ki nahi. And you know, lot of people felt ki bhai is counterproductive ho sakta hai Democrats hi karke. But ek argument jehda ditta gaya, oh ek hi bhai ਅਗਰ ਇਹ ਪ੍ਰੋਵੀਜ਼ਨ ਕੌਨਸਟੀਟਿਊਸ਼ਨ ਵਿੱਚ ਹੈਗਾ ਇੰਪੀਚਮੈਂਟ ਦਾ ਇਟਸ ਫੋਰ ਅ ਰੀਜ਼ਨ ਅਦਰਵਾਈਜ਼ ਹਰ ਵਾਰ ਆਹੀ ਹੁੰਦਾ ਕਿ ਅਗਰ ਤੁਸੀਂ ਗੜਬੜ ਕਰ ਰਹੇ ਹੋ ਲੈਟਸ ਡਿਸਾਈਡ ਇਟ ਦ ਨੈਕਸਟ ਇਲੈਕਸ਼ਨ ਸੋ ਇਫ ਅ ਪ੍ਰੈਜ਼ੀਡੈਂਟ ਡਜ਼ ਸਮ ਰੋਂਗ ਤੁਸੀਂ ਫੀਲ ਨਹੀਂ ਕਰਦੇ ਕਿ ਕੋਈ ਚੈੱਕਸ ਐਂਡ ਬੈਲੈਂਸਿਸ ਜਿਹੜੇ ਹੈਗੇ ਉਸ ਵਾਸਤੇ ਐਗਜ਼ਿਸਟ ਕਰਨੇ ਚਾਹੀਦੇ ਅਦਰ ਦੈਨ ਮੇਅਰ ਇਲੈਕਸ਼ਨਸ ਆਈ ਐਗਰੀ ਵਿਦ ਯੂ ਹੋਣੇ ਚਾਹੀਦੇ ਨੇ ਕਾਂਗਰਸ ਨੂੰ ਇਹ ਪ੍ਰੋਵੀਜ਼ਨ ਹੈਗਾ ਜੀ ਪਰ ਗੱਲ ਤਾਂ ਹੋਇਆ ਨਾ ਵੀ ਤੁਸੀਂ ਕਹੋ ਵੀ ਉਹ ਜਿਹੜਾ ਕੋਈ ਕ੍ਰਾਈਮ ਹੋਇਆ ਹੀ ਨਹੀਂ ਜਦੋਂ ਉਹਨੇ ਕੋਈ ਜਿਹੜੀ ਵੀ ਇਹਨਾਂ ਨੇ ਬਲੇਮ ਇਲਜ਼ਾਮ ਲਗਾਏ ਨੇ ਕੋਈ ਪ੍ਰੂਵਨ ਹੈ ਹੀ ਨਹੀਂ ਕਿ ਜਦੋਂ ਉਹਨੇ ਜਿਹੜਾ ਵੀ ਡਿਲੇ ਕੀਤਾ ਸੀ ਏਡ ਉਹਨੇ ਏਡ ਦੇਤੀ ਵਿਦਆਊਟ ਮੀਟਿੰਗ ਦਾ ਪ੍ਰੈਜ਼ੀਡੈਂਟ ਐਂਡ ਇਟਸ ਜਿੰਨੇ ਵੀ ਇਲਜ਼ਾਮ ਨੇ ਦੇ ਆਰ ਆਲ ਹੇਅਰਸੇ ਵੀ ਮੈਂ ਸੁਣਿਆ ਸੀ ਮੈਂ ਸੋਚਿਆ ਸੀ ਮੈਂ ਸਮਝਿਆ ਉਹਦੇ ਐਕਸ਼ਨਸ ਤੋਂ ਇਹ ਲੱਗਿਆ ਜਿਹੜਾ ਕੀ ਵਿਟਨੈਸ ਸੀ ਉਹਨਾਂ ਦਾ ਅੰਬੈਸਡਰ ਉਹਨੇ ਸਪਸ਼ਟ ਕਿਹਾ ਵੀ ਮੈਂ 1-to-1 ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਵੀ ਵਟ ਯੂ ਵਾਂਟ ਐਂਡ ਹੀ ਸੈਡ ਨਥਿੰਗ ਆਈ ਡੋਨਟ ਵਾਂਟ ਐਨੀਥਿੰਗ ਉਹਨੇ ਪਰਸਨਲੀ ਉਹਨੂੰ ਕਿਹਾ ਯੂ ਹਰਡ ਦ ਟੈਸਟੀਮਨੀ ਐਂਡ ਦ ਮੈਟਰ ਐਂਡਸ ਰਾਈਟ ਦੇਅਰ ਇਫ ਇਟ ਵਾਸ ਦ ਕੇਸ ਵਾਸ ਬੀਂਗ ਟ੍ਰਾਈਡ ਇਨ ਅ ਕੋਰਟ ਆਫ ਲਾ ਤਾਂ ਕਦੋਂ ਦਾ ਡਿਸਮਿਸ ਹੋ ਜਾਣਾ ਸੀ ਕਿਉਂਕਿ ਤੁਸੀਂ ਮੈਂ ਸੁਣੇ ਸੁਣਾਈ ਗੱਲ ਤੇ ਤਾਂ ਕਦੇ ਵੀ ਕੋਈ ਬੰਦਾ ਗਿਲਟੀ ਨਹੀਂ ਹੁੰਦਾ ਨਾ ਇਹ ਸਾਰੀਆਂ ਸੁਣੇ ਸੁਣਾਈ ਗੱਲ ਹੈ ਕੋਈ ਪ੍ਰੂਫ ਹੈ ਹੀ ਨਹੀਂ ਵੀ ਉਹਨੇ ਜੋ ਪ੍ਰੈਜ਼ੀਡੈਂਟ ਆਫ ਯੂਕਰੇਨ ਕਹਿ ਰਿਹਾ ਵਾਰ ਵਾਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਕਹਿ ਰਿਹਾ ਵਾਰ ਵਾਰ ਯੂਕਰੇਨ ਦਾ ਵੀ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਡੀਲ ਨਹੀਂ ਸੀ ਕੋਈ ਸਾਡੇ ਤੇ ਪ੍ਰੈਸ਼ਰ ਨਹੀਂ ਸੀ ਫਿਰ ਇਹਨੇ ਬਿਨਾਂ ਉਹਨਾਂ ਦੇ
ਔਰ ਇਨਵੈਸਟੀਗੇਸ਼ਨ ਬਾਈਡਨ ਦੇ ਸ਼ੁਰੂ ਕੀਤੇ ਬਿਨਾ ਉਹਨੇ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਹੋਲ ਆਫਿਸ ਬੁਲਾਇਆ। ਜੀ ਮੈਂ ਤੁਹਾਨੂੰ ਇੱਥੇ ਰੋਕਾਂਗੀ, ਸਮੇਂ ਆ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਗੱਲ ਇਦਾਂ ਹੀ ਜਾਰੀ ਰਹੇਗੀ, ਤੁਸੀਂ ਵੀ ਕਾਲ ਕਰਕੇ ਆਪਣੀ ਓਪੀਨੀਅਨ ਸ਼ੇਅਰ ਕਰ ਸਕਦੇ ਹੋ, ਤੁਹਾਡੇ ਕੀ ਵਿਚਾਰ ਹੈ ਇਸ ਗੱਲ ਤੇ ਟਰੰਪ ਇੰਪੀਚ। ਸ਼ਿਵਜੀ ਤੁਸੀਂ ਪਲੀਜ਼, ਹਾਂਜੀ ਹਾਂਜੀ ਪਲੀਜ਼ ਹੋਲਡ ਕਰਿਓ, ਕਾਲਰ ਸਾਡੇ ਨਾਲ ਜੁੜ ਚੁੱਕੇ, ਬਟ ਆਪਾਂ ਇੱਥੇ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ। ਤੁਹਾਡਾ ਫਿਰ ਸਵਾਗਤ ਹੈ, ਪ੍ਰੋਗਰਾਮ ਹੈ ਅੱਜ ਦਾ ਮੁੱਦਾ ਅਤੇ ਗੱਲ ਹੋ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਦੀ ਇੰਪੀਚਮੈਂਟ ਦੀ, ਅਤੇ ਸਾਡੀ ਕਮਿਊਨਿਟੀ ਐਜ਼ ਇਨ ਪੰਜਾਬੀ ਅਮੈਰੀਕਨਸ, ਸਿੱਖ ਅਮੈਰੀਕਨਸ, ਉਹਨਾਂ ਦੇ ਪਿੱਛੇ ਸਪੋਰਟ ਵਿੱਚ ਜੋ ਖੜ੍ਹੇ ਹੈ, ਉਹ ਉਹਨਾਂ ਨੂੰ ਕੀ ਰੀਜ਼ਨਸ ਕਰਕੇ ਸਪੋਰਟ ਕਰਦੇ ਹੈ। ਲਾਈਨ 'ਤੇ ਸਾਡੇ ਨਾਲ ਜੁੜੇ ਹੋਏ ਹੈ ਮਿਸਟਰ ਸ਼ੁੱਧ ਪ੍ਰਕਾਸ਼, ਜੋ ਸਾਨੂੰ ਦੱਸ ਰਹੇ ਸੀ ਕਿ ਇਹਨਾਂ ਦੇ ਐਕਸਪੀਰੀਅੰਸ ਵਿੱਚ ਟਰੰਪ ਦੇ ਸਪੋਰਟਰਸ ਕੀ ਰੀਜ਼ਨਸ ਲੈ ਕੇ ਜੁੜਦੇ ਹੈ, ਅਤੇ ਜੋ ਇਹਨਾਂ ਨੇ ਰੀਸੈਂਟਲੀ ਇੱਕ ਪ੍ਰੋਗਰਾਮ ਰੱਖਿਆ ਗੈਲਰੀਆ ਵਿੱਚ, ਹਿਕਸਵਿਲ ਵਿੱਚ, ਜਿੱਥੇ ਡੋਨਲਡ ਟਰੰਪ ਦਾ ਸਨ ਡੋਨ ਜੂਨੀਅਰ ਪ੍ਰੈਜੈਂਟ ਸੀਗਾ, ਕਮਿਊਨਿਟੀ ਨਾਲ ਇੰਗੇਜ ਹੋ ਰਿਹਾ ਸੀ, ਉਹਦਾ ਕਿਸ ਤਰ੍ਹਾਂ ਦੀ ਰਿਸੈਪਸ਼ਨ ਹੋਈ ਇੱਥੇ ਨਿਊਯਾਰਕ ਵਿੱਚ। ਸ਼ੁੱਧ ਜੀ ਤੁਸੀਂ ਲਾਈਵ ਹੈਗੇ, ਤੁਹਾਡਾ ਕਲੋਜ਼ਿੰਗ ਮੈਸੇਜ ਇਸ ਗੱਲ ਨੂੰ ਲੈ ਕੇ। ਕਲੋਜ਼ਿੰਗ ਮੈਸੇਜ ਮੈਂ ਸਿਰਫ ਇਹ ਦੇਣਾ ਚਾਹਣਾ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ, ਭੈਣਾਂ ਨੂੰ, ਕਿ ਆਪਾਂ ਇਹ ਦੇਖੀਏ ਵੀ ਅਸੀਂ ਅਮੈਰੀਕਾ 'ਚ ਰਹਿ ਰਹੇ ਹਾਂ ਔਰ ਅਮੈਰੀਕਾ ਲਈ ਕੀ ਚੰਗਾ। ਸਭ ਤੋਂ ਪਹਿਲੀ ਤਾਂ ਆਪਣੀ ਇਹ ਹੋਣੀ ਚਾਹੀਦੀ ਪ੍ਰਾਇਓਰਟੀ, ਸਾਡੇ ਬੱਚੇ ਇੱਥੇ ਨੇ, ਸਾਡੀ ਜਨਰੇਸ਼ਨ ਇੱਥੇ ਰਹਿਣੀ ਹੈ। ਦੂਜਾ, ਜਿੱਥੋਂ ਸਾਡੀ ਮਦਰਲੈਂਡ ਹੈ ਉਹਦੇ ਲਈ ਕੀ ਚੰਗਾ ਇੰਡੀਆ ਲਈ। ਦੋਜ਼ ਆਰ ਟੂ ਮਾਈ ਪਰਸਨਲ ਪ੍ਰਾਇਓਰਟੀਜ਼। ਉਹਨੂੰ ਦੇਖਦੇ ਹੋਇਆ ਮੈਂ ਦੇਖਾਂ ਤਾਂ ਟਰੰਪ ਹਰ ਪਾਸੋਂ ਚੰਗਾ ਹੈ, ਉਹਨੂੰ ਹੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਉਹਨੇ ਇਕਾਨਮੀ ਬੜੀ ਅੱਛੀ ਚਲਾਈ ਹੈ, ਸਾਰਾ ਕੁਝ ਇੱਥੇ ਬੂਮਿੰਗ ਹੈ, ਕੰਟਰੀ ਨੂੰ ਸੇਫ ਰੱਖਿਆ ਹੈ। ਪਹਿਲਾ ਪ੍ਰੈਜੀਡੈਂਟ ਹੋਇਆ ਅਮੈਰੀਕਾ ਦਾ ਜਿਹਨੇ ਚਾਈਨਾ ਦੇ ਅੱਗੇ ਖੜਾ ਹੋਇਆ, ਉਹਨੇ ਉਹਦੇ ਨਾਲ ਟ੍ਰੇਡ ਜਿਹੜੀ ਪ੍ਰੈਕਟਿਸ ਹੈ ਉਹਨੂੰ ਫੇਅਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। ਉਹਦਾ ਫਾਇਦਾ ਹਿੰਦੁਸਤਾਨ ਨੂੰ ਹੋ ਰਿਹਾ ਕਿਉਂਕਿ ਫੈਕਟਰੀਜ਼ ਸਾਰੀਆਂ ਹੁਣ ਉੱਥੋਂ ਇੰਡੀਆ ਮੂਵ ਹੋ ਰਹੀਆਂ ਮੋਸਟਲੀ, ਤੇ ਇਸ ਚੀਜ਼ਾਂ ਨੂੰ ਰੱਖਦੇ ਆਈ ਐਮ ਡਾਈ ਹਾਰਡ ਟਰੰਪ ਸਪੋਰਟਰ ਐਂਡ ਆਈ ਰਿਕੁਐਸਟ ਐਵਰੀਵਨ। ਪਰ ਜਾਣ ਤੋਂ ਪਹਿਲਾਂ ਮੈਂ ਇੱਕ ਸੰਦੇਸ਼ ਇਹ ਦੇਣਾ ਚਾਹੁੰਦਾ ਮੈਂ, ਕਿਉਂਕਿ ਜਸ ਪੰਜਾਬੀ ਘੱਟ ਮੌਕਾ ਮਿਲਦਾ ਆਉਣ ਦਾ, ਕਿ ਅੱਜ ਬਹੁਤ ਵੱਡਾ ਪਵਿੱਤਰ ਦਿਨ ਹੈ ਸਾਰਿਆਂ ਨੂੰ, ਗੁਰਪੁਰਬ ਦੀਆਂ ਮੁਬਾਰਕਾਂ, ਦਸ਼ਮੇਸ਼ ਪਿਤਾ ਜੀ ਦਾ ਜਨਮ ਦਿਨ ਹੈ, ਉਹਦੇ ਲਈ ਸਾਡੇ ਸਾਰੇ ਪਰਿਵਾਰ ਵੱਲੋਂ, ਜਸ ਪੰਜਾਬੀ ਦੇ ਸਾਰੇ ਪਰਿਵਾਰ ਨੂੰ, ਆਡੀਅੰਸ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ। ਥੈਂਕ ਯੂ ਸੋ ਮਚ ਸ਼ੁੱਧ ਪ੍ਰਕਾਸ਼ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਅਤੇ ਥੈਂਕ ਯੂ ਫੋਰ ਯੋਰ ਓਪੀਨੀਅਨਸ। ਇਹ ਓਪੀਨੀਅਨ ਸੀਗੇ ਇੱਕ ਸਾਡੀ ਕਮਿਊਨਿਟੀ ਤੋਂ, ਪੰਜਾਬੀ ਸਿੱਖ ਅਮੈਰੀਕਨ ਦੇ, ਉਹਨਾਂ ਦੇ ਟਰੰਪ ਸਪੋਰਟ ਦੇ ਕਾਰਨ ਲਈ। ਤੁਹਾਡੇ ਵੀ ਓਪੀਨੀਅਨਸ ਆਪਾਂ ਸੁਣਨਾ ਚਾਹੁੰਦੇ ਹਾਂ। ਕਾਲਰ ਜੁੜ ਚੁੱਕੇ ਹੈ ਸਾਡੇ ਨਾਲ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੈਗੇ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੈਰੀਲੈਂਡ ਤੋਂ ਜਸਵੀਰ ਮਾਵੀ ਬੋਲ ਰਿਹਾ ਜੀ, ਦੱਸੋ। ਹਾਂਜੀ, ਅੱਛਾ ਜੀ, ਮੈਂ ਇੱਕ ਗੱਲ ਤਾਂ ਪੋਲਿਟਿਕਸ ਤੇ ਪਹਿਲੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਬੜੇ ਫਿਲਾਸਫਰਾਂ ਨੇ ਕਿਹਾ ਹੋਇਆ ਕਿ ਪੋਲਿਟਿਕਸ ਇਜ਼ ਅ ਡਰਟੀ ਗੇਮ, ਚਾਹੇ ਉਹ ਇੰਡੀਆ ਹੋਵੇ ਚਾਹੇ ਅਮੈਰੀਕਾ, ਆਲ ਓਵਰ ਦਾ ਵਰਲਡ ਜੀ। ਠੀਕ ਹੈ ਜੀ, ਅੱਛਾ ਜੀ, ਤੇ ਦੂਜੀ ਗੱਲ, ਹਾਂਜੀ 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 ਦੱਸੋ। ਹੈਲੋ, ਹਾਂਜੀ ਹਾਂਜੀ ਹਾਂਜੀ, ਮੈਂ ਹੁਣੇ ਬੋਲ ਰਿਹਾ, ਤੁਸੀਂ ਗੱਲ ਖਤਮ ਕਰ ਲਓ। ਨਹੀਂ ਨਹੀਂ, ਤੁਸੀਂ ਸਰ, ਤੁਸੀਂ ਆਪਣੇ ਟੀਵੀ ਦਾ ਵੋਲਿਊਮ ਕੰਮ ਕਰ ਲਓ, ਤੁਸੀਂ ਔਨ ਏਅਰ ਹੈਗੇ, ਟੀਵੀ ਵਿੱਚ ਥੋੜੀ ਜਿਹੀ ਡਿਲੇ ਆਉਂਦੀ ਹੈ, ਤੇ ਤੁਸੀਂ ਆਪਣੀ ਗੱਲ ਦੱਸੋ। ਹਾਂਜੀ, ਤੁਸੀਂ ਕਹਿ ਰਹੇ ਸੀ ਦੂਜੀ ਗੱਲ। ਅੱਛਾ ਜੀ, ਤੇ ਦੂਜੀ ਗੱਲ ਇਹ ਹੈ ਕਿ ਮਿਸਟਰ ਟਰੰਪ ਇਜ਼ ਅ ਥਰਡ ਪ੍ਰੈਜ਼ੀਡੈਂਟ ਹੂ ਵਾਸ ਇੰਪੀਚਡ ਜੀ, ਤੇ ਪਹਿਲਾਂ ਵੀ ਕੋਈ ਪ੍ਰੈਜ਼ੀਡੈਂਟ ਇੰਪੀਚ ਨਹੀਂ ਹੋਇਆ, ਇਹਨੇ ਵੀ ਨਹੀਂ ਹੋਣਾ, ਕਿਉਂਕਿ ਹੀ ਵਾਸ ਇੰਪੀਚਡ ਇਨ ਦਾ ਲੋਅਰ ਹਾਊਸ ਜੀ, ਬਟ he will not be impeached in the senate ji because they have the majority there. Haan ji, same thing was for the other president too. Sir, question ek simple hai, tusi dasso ki saadi community vichon jo percentage lokan di trump nu support kardi hai, jo punjabi americans hai, sikh americans trump nu support karde hai, oh hun impeachment de bhi bawajood unhan nu support kar rahe, tonu ki lagda hai oda karan ki hai ga? ਅੱਛਾ ਜੀ, ਓਕੇ ਜੀ, ਦੇਖੋ ਦੇਖੋ ਗੱਲ ਇਹ ਹੈ ਕਿ ਹਰ ਇੱਕ ਪ੍ਰੈਜੀਡੈਂਟ ਦੀ ਆਪਣੀਆਂ ਪਾਲਿਸੀਆਂ ਹੁੰਦੀਆਂ ਜੀ,
ਉਹਨਾਂ ਨੇ ਆਪਣੀਆਂ ਪਾਲਸੀਆਂ ਲੈ ਕੇ ਆਉਣੀਆਂ ਜੀ। ਸਾਡੀ ਕਮਿਊਨਿਟੀ ਨੇ ਇਹਨੂੰ ਮਤਲਬ ਕਿ ਮਿਸਟਰ ਟਰੰਪ ਨੂੰ ਬੜਾ ਸਪੋਰਟ ਕੀਤਾ ਜੀ। ਤੇ ਤੁਹਾਨੂੰ ਕਿਉਂ ਲੱਗਦਾ ਕਿਉਂ ਸਪੋਰਟ ਕਰ ਰਿਹਾ ਟਰੰਪ ਨੂੰ? ਦੇਖੋ ਹਰ ਇੱਕ ਪ੍ਰੈਜ਼ੀਡੈਂਟ ਦੀਆਂ ਆਪਣੀਆਂ ਪਾਲਿਸੀਆਂ ਹੁੰਦੀਆਂ ਜੀ 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 ਤੇ ਟਰੰਪ ਦੀ ਕੀ ਕੀ ਪਾਲਿਸੀ ਹੈ ਇਹਨਾਂ ਦੀ ਜੋ? ਹਾਂਜੀ ਦੇਖੋ ਕੁਝ ਪਾਲਿਸੀਆਂ। ਓਕੇ ਥੈਂਕ ਯੂ ਸਰ, ਥੈਂਕ ਯੂ। ਤੁਹਾਡੀ ਨਾ ਲਾਈਨ ਕੱਟ ਹੋ ਰਹੀ ਹੈ, ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਤੇ ਉਹਨਾਂ ਤੋਂ ਵੀ ਸੁਣਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੈਗੇ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਰੰਧਾਵਾ ਬੋਲਦਾ ਜੀ, ਮਲਵਾਕੀ ਤੋਂ। ਜੀ ਸ਼ਮਸ਼ੇਰ ਜੀ, ਦੱਸੋ। ਭੈਣ ਜੀ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਜਿੰਨੀਆਂ ਵੀ ਨਵੀਆਂ ਜਨਰੇਸ਼ਨ ਇੱਥੇ ਸਾਡੇ ਗਰੁੱਪ ਚੋਂ ਪੈਦਾ ਹੋਣੀਆਂ ਉਹਨਾਂ ਵਾਸਤੇ ਟਰੰਪ ਦੀ ਜੋ ਇਮੀਗ੍ਰੇਸ਼ਨ ਪਾਲਿਸੀ ਬਹੁਤ ਵਧੀਆ, ਨਹੀਂ ਤੇ ਇੱਥੇ ਤਾਂ ਬਿਲਕੁਲ ਇੰਡੀਆ ਬਣ ਜੂਗਾ ਪਾਪੂਲੇਸ਼ਨ ਵਾਈਜ਼ ਜਿੰਨੇ ਲੋਕ ਆਈ ਗਏ ਤਾਂ। ਥੈਂਕ ਯੂ ਭੈਣ ਜੀ। ਓਕੇ ਜੀ, ਥੈਂਕ ਯੂ ਸੋ ਮੱਚ ਤੁਹਾਡੀ ਇਹ ਵਿਚਾਰ ਲਈ। ਹਰਜੋਤ, ਤੁਸੀਂ ਇਸ ਗੱਲ ਦੇ ਨਾਲ ਸਹਿਮਤ ਰੱਖਦੇ ਹੋ ਕਿ ਇਸ ਤਰ੍ਹਾਂ ਦੀ ਕੁਛ ਕਹਿ ਸਕਦੇ ਹੈ ਬਿਲਕੁਲ ਹਾਰਸ਼ ਇਮੀਗ੍ਰੇਸ਼ਨ ਪਾਲਿਸੀਜ਼ ਜੋ ਟਰੰਪ ਹੁਣੇ ਇਨੈਕਟ ਕਰ ਰਿਹਾ, ਸਮ ਉਹਨੂੰ ਇਨਹਿਊਮੇਨ ਵੀ ਕਹਿੰਦੇ, ਕਰੂਲ ਵੀ ਕਹਿੰਦੇ, ਇਸ ਤਰ੍ਹਾਂ ਦੀ ਪਾਲਿਸੀਜ਼ ਤੁਹਾਨੂੰ ਲੱਗਦਾ ਹੈ ਜ਼ਰੂਰੀ ਹੈ ਤਾਂ ਕਿ ਜਿੱਦਾਂ ਕਾਲਰ ਨੇ ਹੁਣੇ ਕਿਹਾ USA ਇੰਡੀਆ ਵਾਂਗੂ ਨਾ ਬਣ ਜਾਏ? ਅਸ਼ਮਿਤਾ ਜੀ, ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ ਕਿ ਦੇਰ ਹੈਜ਼ ਬੀਨ ਐਨ ਅਬਿਊਜ਼ ਆਫ ਇਮੀਗ੍ਰੇਸ਼ਨ ਪਾਲਿਸੀ। ਕਈ ਲੋਕ ਅਸੀਂ ਦੇਖਦੇ ਹਾਂ ਜੋ ਆ ਕੇ ਇੱਥੇ ਅਸਾਲਮ ਕਲੇਮ ਕਰਦੇ ਹਨ, ਜਿਹੜੇ ਕਲੇਮਸ ਨਹੀਂ ਵੀ ਹੋਣ ਉਹ ਕਰਦੇ ਹਨ, ਬਟ ਇੱਕ ਜਿਹੜੀ ਟਰੰਪ ਦੀ ਇਮੀਗ੍ਰੇਸ਼ਨ ਪੋਲਿਸੀ ਹੈ ਉਸਨੂੰ ਜਿਹੜੀ ਅਗਰ ਆਪਾਂ ਉਸਦੀ ਜਨਰਲ ਜਿਹੜੀ ਡਾਇਰੈਕਸ਼ਨ ਉਹ ਦੇਖੀਏ, ਪੀਪਲ ਲਾਈਕ ਸਟੀਫਨ ਮਿਲਰ ਜਿਨ੍ਹਾਂ ਦੇ ਯੂ ਨੋ ਈਅਰਸ ਆਫ ਰਿਲੇਸ਼ਨਸ ਵਿਦ ਦਾ ਵਾਈਟ ਨੈਸ਼ਨਲਿਸਟ ਗਰੁੱਪਸ ਸਾਹਮਣੇ ਹੁਣੇ ਆਏ ਹਨ, ਬਟ ਇੱਕ ਚੀਜ਼ ਅਸੀਂ ਡਿਨਾਈ ਨਹੀਂ ਕਰ ਸਕਦੇ ਕਿ ਜਿਹੜੇ ਲੋਕ ਯੂ ਨੋ ਐਂਡ ਇਟਸ ਅਕਰੋਸ ਦਾ ਬੋਰਡ ਜਿਸ ਨੂੰ ਸਪੋਰਟ ਕਰਦੇ ਨੇ, ਕੁਝ ਅੱਖਾਂ ਬੰਦ ਕਰਕੇ ਸਪੋਰਟ ਕਰਦੇ ਨੇ, ਦੇ ਡੋਂਟ ਜੱਜ। ਹੁਣ ਇਹ ਅਗਰ ਤੁਸੀਂ ਦੇਖ ਰਹੇ ਹੋ ਕਿ ਜੋ ਬੰਦਾ ਆਰਕੀਟੈਕਟ ਹੈਗਾ ਉਸ ਇਮੀਗ੍ਰੇਸ਼ਨ ਪੋਲਿਸੀ ਦਾ, ਔਰ ਉਸਦਾ ਤੁਸੀਂ ਯੂ ਸੀ ਫੋਰ ਦਾ ਲਾਸਟ 15 ਈਅਰਸ ਇੱਕ ਰੈਕਰਡ ਸਾਹਮਣੇ ਆਉਂਦਾ, ਐਂਡ ਈਵਨ ਉਹ ਫਿਰ ਵੀ ਤੁਹਾਡਾ ਉਸਦੇ ਵਾਸਤੇ ਮਾਇੰਡ ਚੇਂਜ ਨਹੀਂ ਹੁੰਦਾ, ਸੋ ਦੇਰ ਇਜ਼ ਅ ਪ੍ਰੋਬਲਮ, ਰਾਈਟ? ਇਹ ਜਿਹੜੀ ਇਹ ਗੱਲ ਕਰਦੇ ਪਏ ਕਿ ਇੱਥੇ ਇੰਡੀਆ ਬਣ ਜਾਣਾ, ਆਈ ਥਿੰਕ ਇਟਸ ਅ ਵੈਰੀ ਰੇਸਿਸਟ ਵਿਊ, ਇਟਸ ਅ ਰੇਸ਼ੀਅਲ ਵਿਊ। ਇੱਕ ਟਾਈਮ ਸੀਗਾ ਬਿਫੋਰ 60s ਜਿਹੜੀ ਦੁਨੀਆ ਦੀ ਇਮੀਗ੍ਰੇਸ਼ਨ ਹੁੰਦੀ ਸੀ, ਦੈਟ ਵਾਸ ਬੇਸਡ ਔਨ ਰੇਸ, ਰਾਈਟ? ਅਮੈਰੀਕਾ ਵਿੱਚ ਵੀ, ਆਸਟ੍ਰੇਲੀਆ ਵਿੱਚ, ਕੰਟਰੀਜ਼ ਦੇਰ ਯੂ ਹੈਵ ਟੂ ਹੈਵ ਸਮ ਯੂਰੋਪੀਅਨ ਬਲੱਡ ਯੂ ਨੋ ਇਨ ਯੂ, 50% ਔਰ ਸਮਥਿੰਗ, ਸਮ ਕੰਟਰੀਜ਼ ਹੈਡ ਮੋਰ। ਇਹ ਅਸੀਂ ਇਸ ਤੋਂ ਅੱਗੇ ਵਧੇ ਹਾਂ, ਦੁਨੀਆ ਨੇ ਇਸ ਤੋਂ ਤਰੱਕੀ ਕੀਤੀ ਹੈ, ਇਹ ਦੁਬਾਰਾ ਉਸਦੇ ਵਿੱਚ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ, ਇਹ ਇਹਨਾਂ ਦੀ ਚੋਇਸ ਹੈ, ਐਂਡ ਆਈ ਥਿੰਕ ਸਾਡੀ ਕਮਿਊਨਿਟੀ ਦੇ ਬੰਦੇ ਇਹ ਗੱਲ ਕਹਿਣ, ਆਈ ਥਿੰਕ ਦੇ ਆਰ ਓਵਰ ਲੁਕਿੰਗ ਕਿ ਕੱਲ ਉਹ ਵੀ ਇਸ ਦੇ ਵਿਕਟਿਮ ਹੋਣਗੇ। ਆਈ ਡੋਂਟ ਥਿੰਕ ਦੈਟਸ ਫੇਅਰ ਟੂ ਸੇ ਦੈਟ। ਫੇਅਰ ਪੁਆਇੰਟ। ਸਮਾਂ ਆ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਤੁਸੀਂ ਜੁੜੇ ਰਹੋ, ਕਾਲਰਸ ਵੀ ਜੁੜੇ ਰਹਿਣ। ਆਪਾਂ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੇ ਵੀ ਵਿਚਾਰ ਸੁਣਦੇ ਹਾਂ ਕਿ ਤੁਹਾਡਾ ਕੀ ਖਿਆਲ ਹੈ, ਟਰੰਪ ਇਸ ਕੰਟਰੀ ਨੂੰ ਰਾਈਟ ਡਾਇਰੈਕਸ਼ਨ 'ਚ ਲੈ ਕੇ ਜਾ ਰਿਹਾ, ਸਾਡੀ ਕਮਿਊਨਿਟੀ ਲਈ ਉਹਦਾ ਕੀ ਇੰਪੈਕਟ ਹੋਏਗਾ, ਐਂਡ ਉਹਦੀ ਸਪੋਰਟ ਸਾਡੀ ਕਮਿਊਨਿਟੀ ਵਿੱਚੋਂ ਹਲੇ ਵੀ ਕਿਉਂ ਇੰਨੀ ਡਟ ਕੇ ਜੁੜੀ ਹੋਈ ਹੈ? ਤੁਸੀਂ ਵੀ ਜੁੜੇ ਰਹੋ ਸਾਡੇ ਨਾਲ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਟਰੰਪ ਦੀ ਇੰਪੀਚਮੈਂਟ ਬਾਰੇ ਤੇ ਸਾਡੀ ਕਮਿਊਨਿਟੀ ਦੀ ਸਪੋਰਟ ਇਸ ਪ੍ਰੈਜ਼ੀਡੈਂਟ ਲਈ। ਕਾਲਰ ਸਾਡੇ ਨਾਲ ਜੁੜ ਚੁੱਕੇ ਹੈ। ਕਾਲਰਸ ਤੋਂ ਗੱਲ ਕਰਨ ਤੋਂ ਪਹਿਲਾਂ ਮੈਂ ਵਿਊਰਸ ਨੂੰ ਰਿਮਾਈਂਡ ਕਰਨਾ ਚਾਹਾਂਗੀ ਦੈਟ ਹਾਲੇ ਤੱਕ ਆਪਾਂ ਇਹ ਵਿਚਾਰ ਸੁਣਿਆ ਹੈ ਦੈਟ ਜੋ ਟਰੰਪ ਨੂੰ ਸਪੋਰਟ ਕਰਦੇ ਹੈ, ਦੇ ਸਪੋਰਟ ਹਿਮ ਬਿਕੋਜ਼ ਉਹਨਾਂ ਦੀ ਇਕੋਨਮੀ ਤੇ ਵਿਊ ਕਰਕੇ, ਉਹਨਾਂ ਦੀ ਇਮੀਗ੍ਰੇਸ਼ਨ ਤੇ ਵਿਊ ਕਰਕੇ। ਅਤੇ ਕੁਝ ਕਾਲਰਸ ਨੇ ਇਹ ਵੀ ਵਿਊ ਐਕਸਪ੍ਰੈਸ ਕੀਤਾ ਹੈ ਕਿ ਟਰੰਪ ਸਾਨੂੰ ਉਸ ਡਾਇਰੈਕਸ਼ਨ ਵਿੱਚ ਲੈ ਕੇ ਜਾ ਰਿਹਾ ਅਮੈਰੀਕਾ ਨੂੰ, ਤਾਂ ਕਿ ਅਮੈਰੀਕਾ ਕਦੀ ਇੰਡੀਆ ਵਾਂਗੂ ਨਾ ਅਮੈਰੀਕਾ ਦੇ ਹਾਲਾਤ ਹੋਣ। ਅਤੇ ਕਾਲਰਸ ਤੋਂ ਹੋਰ ਵਿਚਾਰ ਸੁਣਦੇ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਕਾਸਮ ਬੋਲ ਰਿਹਾ ਨਿਊ ਯੋਰਕ ਸਿਟੀ ਤੋਂ। ਹਾਂਜੀ ਦੱਸੋ। ਹਾਂਜੀ, ਇਹ ਜੋ ਆਪਣੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ, ਇਹ ਅਗਰ ਪ੍ਰੈਜ਼ੀਡੈਂਟ ਬਣੇ ਨੇ ਨਾ, ਤੇ ਇਹ ਇੱਕੋ ਕਾਰਨ ਕਰਕੇ ਬਣੇ ਸੀ ਵੀ ਸਿਰਫ ਇਮੀਗ੍ਰੇਸ਼ਨ ਤੇ ਰਿਫੋਰਮ ਬਿੱਲ ਦੇ ਉੱਤੇ ਨਾ, ਇਸ ਆਧਾਰ ਤੇ ਨਾ ਪ੍ਰੈਜ਼ੀਡੈਂਟ ਦੀ ਵੋਟਿੰਗ ਮਿਲੀ ਸੀ ਜ਼ਿਆਦਾ, ਇਹ ਦੇ ਪ੍ਰੈਜ਼ੀਡੈਂਟ ਨਹੀਂ ਸੀ ਬਣਨੇ ਜੀ। ਕਿਉਂ? ਹਾਂ, ਕਿਉਂਕਿ ਜੋ ਅੱਜ ਕੱਲ੍ਹ ਦੇ ਤੁਸੀਂ ਹਾਲਾਤ ਦੇਖੋ ਨਾ ਜੋ ਅਮਰੀਕਾ ਦੇ ਜੀ, ਤੇ ਇਹ ਇਮੀਗ੍ਰੇਸ਼ਨ ਦੀ, ਇਲੀਗਲ ਇਮੀਗ੍ਰੇਸ਼ਨ ਦੀ ਪ੍ਰੋਬਲਮ ਕਰਕੇ ਨਾ ਬਹੁਤ ਜ਼ਿਆਦਾ ਵਿਗੜਦੇ ਜਾ ਰਹੇ ਨੇ ਜੀ, ਕਿਉਂਕਿ ਹਰ ਡਿਪਾਰਟਮੈਂਟ ਇਲੀਗਲ ਇਮੀਗ੍ਰੇਸ਼ਨ ਦੇ ਕਰਕੇ ਨਾ ਡਾਊਨ ਜਾ ਰਿਹਾ ਜੀ। ਤੇ ਇਸ ਕਰਕੇ ਇਹ ਇਲੀਗਲ ਇਮੀਗ੍ਰੇਸ਼ਨ ਜਿਹੜੀ ਹੈ, ਇਹਨੂੰ ਬਿਲਕੁਲ ਕਲੀਨ ਕਰਨੀ ਚਾਹੀਦੀ ਹੈ।
ਇਸੇ ਵਜ੍ਹਾ ਕਰਕੇ ਪ੍ਰੈਜ਼ੀਡੈਂਟ ਟਰੰਪ ਨੂੰ ਵੋਟਿੰਗ ਹੋਈ ਸੀ ਸਾਰੀ, ਵੀ ਇਸ ਨੇ ਆਪਣਾ ਵਾਅਦਾ ਕੀਤਾ ਸੀ ਕਿ ਮੈਂ ਇਹ ਸਭ ਕੁਛ ਕਰਾਂਗਾ। ਤੇ ਤੁਹਾਨੂੰ ਲੱਗਦਾ ਕਿ ਅਪਕਮਿੰਗ 2020 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਿੱਚ ਇਮੀਗ੍ਰੇਸ਼ਨ ਹੀ ਇਹਨਾਂ ਨੂੰ ਫਿਰ ਵਿਕਟਰੀ ਤੇ ਲੈ ਕੇ ਜਾਣਗੇ? 99% ਮੇਰੇ ਖਿਆਲ ਇਹੀ ਹੋਏਗਾ ਜੀ, ਮੇਨ ਮੁੱਦਾ ਇਹੀ ਹੈ ਇਮੀਗ੍ਰੇਸ਼ਨ ਜਿਹੜੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਦਿਨ ਬ ਦਿਨ ਇਹ ਜਿਹੜਾ ਹਾਲਾਤ ਜਿਹੜੇ ਨੇ ਖਰਾਬ ਹੁੰਦੇ ਜਾ ਰਹੇ ਨੇ ਅਮੈਰੀਕਾ ਦੇ ਜੀ, ਇਸ ਇਮੀਗ੍ਰੇਸ਼ਨ ਦੇ ਬਾਰੇ ਹਰ ਇੱਕ ਨੂੰ ਪਤਾ ਹੈ, ਗਵਰਨਮੈਂਟ ਨੂੰ ਵੀ ਪਤਾ, ਹਰ ਬੰਦੇ ਨੂੰ ਵੀ ਪਤਾ ਹੈ, ਹਰ ਇੱਕ ਨੂੰ ਐਵਰੀਬਡੀ ਨੋ ਦਿਸ ਯੂ ਨੋ, ਲੇਕਿਨ ਹੁਣ ਕੋਈ ਬੋਲਦੇ ਨਹੀਂ, ਕੁਛ ਲੋਕ ਕਹਿੰਦੇ ਨੇ ਕੀ ਹੋ ਰਿਹਾ, ਚੱਲ ਜੇ ਉਹ ਜੇ ਜੋ ਵੀ ਕਰਦੇ ਹਨ। ਬਲਕਾਰ ਸਿੰਘ ਜੀ, ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗੇ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਈ ਲੋਕ ਆਹੀ ਵਿਊ ਲੈਂਦੇ ਹਨ ਕਿ ਬਈ ਜਿੱਦਾਂ ਵੀ ਹੈਗਾ ਯੂ ਨੋ ਜੋ ਵੀ ਯੂ ਨੋ ਕਈ ਚੀਜ਼ਾਂ ਤੋਂ ਲੋਕ ਹੀ ਖੁਸ਼ ਨਹੀਂ ਹੁੰਦੇ ਉਹਨਾਂ ਦੇ, ਕਈ ਵਾਰ ਉਹਨਾਂ ਦੇ ਜਿਹੜੇ ਉਹ ਕਮਿਊਨੀਕੇਸ਼ਨਸ ਕਰਦੇ ਨੇ ਟਵਿੱਟਰ ਕਰਦੇ ਨੇ ਇਸ ਤੇ, ਬਟ ਕਹਿੰਦੇ ਕਿ ਉਹ ਇਮੀਗ੍ਰੇਸ਼ਨ ਟਰੰਪ ਸਾਹਿਬ ਜਿਹੜੇ ਨੇ ਇੱਕ ਧੜੱਲੇਦਾਰ ਬੰਦੇ ਨੇ, ਇੱਕ ਸ਼ੇਰ ਬੰਦੇ ਨੇ ਉਹ। ਅੱਛਾ ਜੀ, ਉਹ ਗੱਲ ਜਿਹੜੀ ਬੋਲਦੇ ਨੇ ਉਹਨੂੰ ਕਹਿੰਦੇ ਨੇ ਮੈਂ ਕਰਨੀ ਹੈ ਜੀ, ਕਰਨੀ ਹੈ ਜੀ। ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਅਗਰ ਉਹ ਇਮੀਗ੍ਰੇਸ਼ਨ ਦੇ ਉੱਪਰ ਠੀਕ ਕੰਮ ਕਰ ਰਹੇ ਹਨ ਔਰ ਉਹ ਇਕਨੋਮੀ ਠੀਕ ਚਲਾ ਰਹੇ ਹਨ, ਅਤੇ ਅਗਰ ਉਹਨਾਂ ਉੱਪਰ ਜੋ ਇੱਦਾਂ ਦੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਇੱਕ ਫੋਰਨ ਗਵਰਨਮੈਂਟ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ, ਕਿਆ ਕੰਟਰੀ ਨੂੰ ਉਹਨ ਇਲਜ਼ਾਮਾਂ ਨੂੰ ਓਵਰਲੁੱਕ ਕਰਨਾ ਚਾਹੀਦਾ ਜਸਟ ਬਿਕੋਜ਼ ਦੋ ਪੋਲਿਸੀਆਂ ਜੋ ਤੁਸੀਂ ਪਸੰਦ ਕਰਦੇ ਹੋ ਉਸ ਦੇ ਉੱਪਰ ਉਹ ਕੰਮ ਕਰਦੇ ਪਏ? ਹੁਣ ਜਿਹੜੀ ਜਿਹੜੀ ਫੋਰਨ ਪੋਲਿਸੀ ਜਿੱਦਾਂ ਯੂਕਰੇਨ ਦੇ ਕਰਕੇ ਜਿੱਦਾਂ ਇੰਪੀਚਮੈਂਟ ਹੋਈ ਉਹਦੀ, ਉਹ ਤੇ ਉਹਨੇ ਬੋਲਿਆ ਵੀ ਟਰੰਪ ਨੇ ਨਾ, ਤੇ ਉਹ ਕਹਿੰਦਾ ਵੀ ਮੈਨੂੰ ਪ੍ਰੂਫ ਕਰੋ ਇਹ ਚੀਜ਼ਾਂ, ਤੇ ਉਹ ਤਾਂ ਦੇਖੋ ਨਾ ਕੋਈ ਹੁੰਦਾ ਜੀ 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 ਜੀ। ਥੈਂਕ ਯੂ ਬਲਕਾਰ ਸਿੰਘ ਜੀ ਤੁਹਾਡੇ ਵਿਊਜ਼ ਲਈ। ਅਤੇ ਕਾਲਰਸ ਦਾ ਇਹ ਕਹਿਣਾ ਹੈ ਕਿ ਟਰੰਪ ਪ੍ਰੈਜ਼ੀਡੈਂਟ ਟਰੰਪ ਇੱਕ ਸ਼ੇਰ ਵਾਂਗੂ ਕੈਂਡੀਡੇਟ ਸੀਨ 'ਤੇ ਪਹੁੰਚੇ, ਅਤੇ ਉਹਨਾਂ ਦੇ ਜੋ ਪਿੱਛੇ ਸਪੋਰਟ ਹੈ ਭਾਵੇਂ ਉਹ ਆਪਣੀ ਇੰਡੀਅਨ ਕਮਿਊਨਿਟੀ ਦੀ ਹੋਏ ਜਾਂ ਪੰਜਾਬੀ ਕਮਿਊਨਿਟੀ ਦੀ ਹੋਏ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਇੱਕ ਬਹੁਤ ਹੀ ਉਹਨਾਂ ਲਈ ਸੌਫਟ ਸਪੋਟ ਹੁੰਦਾ ਹੈ, ਉਹਨਾਂ ਦੀ ਵੀ ਸਪੋਰਟ ਟਰੰਪ ਦੇ ਪਿੱਛੇ ਹੈ। ਐਂਡ ਵਿਊਅਰਸ ਦਾ ਕਹਿਣਾ ਹੈ ਉਹ ਇਮੀਗ੍ਰੇਸ਼ਨ ਕਰਕੇ ਹੀ ਸਪੋਰਟ ਉਹਨਾਂ ਦੇ ਨਾਲ ਇਸ ਵਕਤ ਜੁੜੀ ਹੋਈ ਹੈ। ਬਟ ਹਰਜੋਤ ਜੀ, ਦ ਮੇਨ ਜਿੱਦਾਂ ਕਹਿ ਲਓ ਕਰਕਸ ਆਫ ਟੁਡੇਜ਼ ਕਨਵਰਸੇਸ਼ਨ ਇਜ਼ ਦੈਟ ਇੰਪੀਚਮੈਂਟ ਤਾਂ ਛੱਡ ਦਿਓ, ਅਗਰ ਟਰੰਪ ਪ੍ਰੈਜ਼ੀਡੈਂਟ ਟਰੰਪ ਸੱਚੀ ਵਿੱਚ ਜਾ ਕੇ ਕਿਸੇ ਨੂੰ ਫਿਫਥ ਐਵਨਿਊ 'ਤੇ ਗੋਲੇ ਵੀ ਮਾਰ ਦੇ ਅਤੇ ਉਹਦੇ ਸਪੋਰਟਰਸ ਉਸ ਤੋਂ ਬਾਵਜੂਦ ਵੀ ਉਹਨੂੰ ਸਪੋਰਟ ਕਰਨਗੇ। ਜੀ 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 ਜੀ। ਅਤੇ ਕਾਲਰਸ 'ਤੇ ਵੀ ਸੁਣਦੇ ਕੀ ਕਹਿੰਦੇ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ, ਮੇਰਾ ਨਾਮ ਗੁਰਮੇਲ ਧਾਲੀਵਾਲ ਹੈ। ਹਾਂਜੀ, ਮੈਂ ਇੱਥੇ ਕੈਲੀਫੋਰਨੀਆ ਤੋਂ ਬੋਲ ਰਿਹਾ। ਹਾਂਜੀ, ਦੱਸੋ, ਤੁਹਾਡੀ ਕਨਵਰਸੇਸ਼ਨ ਬਹੁਤ ਅੱਛੀ ਚੱਲ ਰਹੀ ਹੈ ਔਰ ਸ਼ਬਦ ਪ੍ਰਕਾਸ਼ ਸਿੰਘ ਦੇ ਜਿਹੜੇ ਵਿਊਜ਼ ਸੀ ਉਹਨਾਂ ਮੈਂ 110% ਸਹਿਮਤ ਹਾਂ ਜੀ। ਅਤੇ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਇਸ ਲੈਵਲ ਆਪਣਾ ਜਿਹੜਾ ਲੈਵਲ ਹੈ ਉਹਨੂੰ ਵਧਾਇਆ ਮੁੱਦੇ ਦੇ ਨੇ। ਥੈਂਕ ਯੂ ਜੀ। ਬ੍ਰੇਕਅਪ ਕੀਤਾ ਸ਼ੇਰ ਨੇ ਜਿੱਦਾਂ ਹੁੰਦਾ ਨਾ, ਥੈਂਕ ਯੂ, ਮੈਨੂੰ ਤਾਂ ਏਦਾਂ ਮਹਿਸੂਸ ਹੋ ਰਿਹਾ। ਤੇ ਗੁਰਮੇਲ ਜੀ, ਤੁਹਾਡਾ ਕੀ ਵਿਚਾਰ ਹੈ ਇਸ ਬਾਰੇ, ਜੋ ਆਪਣੀ ਕਮਿਊਨਿਟੀ ਵਿੱਚ ਲੋਕੀ ਸਪੋਰਟ ਕਰਦੇ ਆ ਟਰੰਪ ਨੂੰ, ਸਾਡੇ ਕੋਲ 30 ਸੈਕਿੰਡ ਰਹਿ ਗਏ ਆ, ਸਾਨੂੰ ਛੇਤੀ ਦੱਸੋ ਕਿ ਤੁਹਾਨੂੰ ਕਿਉਂ ਲੱਗਦਾ ਉਹ ਸਪੋਰਟ ਇਹਨਾਂ ਦੇ ਪਿੱਛੇ ਹਲੇ ਵੀ ਜੁੜੀ ਹੋਈ ਹੈ? ਕਿਉਂਕਿ ਇੱਕ ਪਾਸੇ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਸੱਚ ਬੋਲਣ ਨੂੰ ਕਹਿੰਦੇ ਨੇ, ਸੱਚ ਬੋਲਣਾ ਚਾਹੀਦਾ ਔਰ ਇੱਥੇ ਬਹੁਤ ਸਾਰੀ ਦੁਨੀਆ ਝੂਠ ਬੋਲ ਕੇ ਮਤਲਬ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹ ਫੈਕਟ ਆ, ਮਤਲਬ ਇਫੈਕਟ ਹੋਇਆ, ਇਹ ਇਫੈਕਟ ਹੋ ਗਿਆ, ਗੱਲ ਪਤਾ ਲੱਗ ਗਈ ਹੈ ਜੀ। ਪਰ ਚਲੋ, ਇਮੀਗ੍ਰੇਸ਼ਨ ਦੇ ਵਿੱਚ ਸਾਡੀ ਕਮਿਊਨਿਟੀ ਇੰਨਾ ਨਹੀਂ ਹੈ ਜਿੰਨਾ ਮਤਲਬ ਕਹਿੰਦੇ ਆ, ਤੇ ਮੈਂ ਇਮੀਗ੍ਰੇਸ਼ਨ ਦੇ ਇੰਨਾ ਸਖਤੀ ਨਹੀਂ ਵੀ ਬਹੁਤ ਸਖਤੀ ਹੋਣੀ, ਪਰ ਇੰਨਾ ਵਾ ਕਿ ਜੇ ਨਾ ਹੋਈ ਤਾਂ ਜਿੱਦਾਂ ਕਾਲਜ ਨੇ ਕਿਹਾ ਉਹ ਹੀ ਗੱਲ ਹੋ ਸਕਦੀ ਹੈ ਜੀ 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 ਜੀ। ਮਤਲਬ ਮੈਂ ਉਹਦੇ ਵੱਲ ਇਹ ਕਹਾਂਗਾ, ਬਾਕੀ ਕੈਪੀਟਲਿਜ਼ਮ ਤੇ ਚਾਈਨਾ ਦੇ ਖਿਲਾਫ਼ ਜੋ ਇਹ ਬੋਲਿਆ, ਮਤਲਬ ਜੋ ਕਿ ਇਕਾਨਮੀ ਨੇ ਆਪ ਲਿਫਟ ਕਰਦਾ ਹੈ, ਬੰਦੇ ਚ ਬੋਲਣ ਦਾ ਦਮ ਹੈ ਤਾਂ ਉਹ ਹਮੇਸ਼ਾ ਸਕਸੀਡ ਹੁੰਦਾ, ਕੰਟੀਨਿਊ ਸਹੀ ਡਾਇਰੈਕਸ਼ਨ। ਥੈਂਕ ਯੂ ਗੁਰਮੇਲ ਜੀ, ਤੁਸੀਂ ਕਾਲ ਕੀਤੀ ਸਾਡੇ ਨਾਲ ਜੁੜੇ ਇਸ ਟੌਪਿਕ 'ਤੇ ਅੱਜ ਦੇ ਮੁੱਦੇ ਵਿੱਚ। ਸਾਰੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਥੈਂਕ ਯੂ, ਸਮਾਂ ਸਾਡੇ ਕੋਲ ਨਹੀਂ ਰਹਿ ਗਿਆ ਹੁਣ, ਬਟ ਜਿੱਦਾਂ ਆਪਾਂ ਤੁਹਾਨੂੰ ਪਹਿਲੇ ਪ੍ਰੋਮਿਸ ਕੀਤਾ ਸੀ, ਇਸ ਤਰ੍ਹਾਂ ਦੇ ਪ੍ਰੋਗਰਾਮਸ ਅਮੈਰੀਕਨ ਪੋਲੀਟਿਕਸ 'ਤੇ ਜੋ ਇੱਥੇ ਇਸ਼ੂਜ਼ ਹੋ ਰਹੇ ਜੋ ਸਾਡੀ ਕਮਿਊਨਿਟੀ ਨੂੰ ਇਫੈਕਟ ਕਰਦੇ ਉਹ ਆਪਾਂ ਤੁਹਾਨੂੰ ਪ੍ਰਜੈਂਟ ਕਰਦੇ ਰਹਾਂਗੇ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ। ਮੈਂ ਆਸ਼ਮਿਤਾ, ਮੇਰੇ ਨਾਲ ਹਰਜੋਤ ਸਿੰਘ, ਤੁਹਾਨੂੰ ਅੱਜ ਸ਼ਾਮ ਨੂੰ ਕਹਿੰਦੇ ਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।